ਵੱਡੇ ਬਾਦਲ ਸਾਹਿਬ ਦੀ ਹਮਾਇਤ ਕਰਦੇ ਰਹੇ, ਹਰਸਿਮਰਤ ਕੌਰ ਬਾਦਲ ਵੀ ਹਮਾਇਤ ਕਰਦੇ ਰਹੇ ਅਤੇ ਤੁਹਾਡਾ ਲੰਬੇ ਸਮੇਂ ਦਾ ਗਠਜੋੜ ਰਿਹਾ। ਉਦੋਂ ਤੁਹਾਨੂੰ ਨਹੀਂ ਪਤਾ ਸੀ ਕਿ ਇਹ ਕਾਨੂੰਨ ਨੇ ਮਾੜੇ ਨੇ। ਜੇ ਕਿਸਾਨ ਖੁਸ਼ਹਾਲ ਹੈ ਨਾ ਤਾਂ ਸਾਰੀਆਂ ਪਾਰਟੀਆਂ ਖੁਸ਼ਹਾਲ ਨੇ। ਜੇ ਕਿਸਾਨ ਜਿਉਂਦਾ ਤਾਂ ਦੁਨੀਆ ਜਿਉਂਦੀ ਹੈ। ਕੋਈ ਪਾਰਟੀ, ਕੋਈ ਵੀ ਰਾਜਨੀਤਿਕ ਦਲ ਉਹ ਤਾਂ ਹੀ ਸਰਵਾਈਵ ਕਰੂਗਾ ਜੇ ਕਿਸਾਨ ਜ਼ਿੰਦਾ ਰਹੂਗਾ। ਅਤੇ ਕਾਂਗਰਸ ਦੇ ਪ੍ਰਧਾਨ, ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਆ ਕਿ ਬਿਜਲੀ ਸਮਝੌਤੇ ਰੱਦ ਹੋਣੇ ਚਾਹੀਦੇ ਆ, ਜਿਹੜੇ ਬੇਅਦਬੀ ਆ ਉਹ ਵੀ ਮੁੱਦਾ ਉਠਾਇਆ। ਲੀਡਰ ਉਹ ਹੁੰਦਾ ਜਿਹੜਾ ਲਾ ਕੇ ਹੱਥਾਂ ਨੂੰ ਥੁੱਕ ਕੇ ਬਾਹਰੋਂ ਮੈਂ ਚੱਕਰੂ ਮੈਂ ਫੱਟੇ। ਆਹ ਲੀਡਰ ਇੱਕ ਠਹਿਰਾਵ ਹੁੰਦਾ, ਇੱਕ ਤਹਿਜ਼ੀਬ ਹੁੰਦੀ ਹੈ ਕਿ ਜਿਹੜੇ ਆਪਣੇ ਬੱਚਿਆਂ ਦੇ ਕਾਲਜੇ ਕਢਵਾ ਕੇ ਆਪਣੇ ਮੂੰਹਾਂ 'ਚ ਪਵਾ ਲੈਂਦੇ ਨੇ। ਇਹ ਉਹ ਨੇ ਜੋ ਚਰਖੀਆਂ 'ਤੇ ਚੜ ਜਾਂਦੇ ਨੇ, ਸਿਰ ਕਟਾ ਲੈਂਦੇ ਨੇ। ਇਹ ਕਹਿੰਦੇ ਨੇ ਕਿ ਜੋ ਤੋ ਪ੍ਰੇਮ ਖੇ ਡੰਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤ੍ਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇਹਨਾਂ ਦੇ ਅੱਗੇ ਮੌਤ ਡਰਦੀ ਹੈ। ਸਰਕਾਰ ਦੇ ਵੀ ਲੋਕਾਂ ਦਾ, ਸਰਕਾਰ ਕਿਸੇ ਦੇ ਅੰਦਰ ਘੋਲ ਕੇ ਕੈਪਸੂਲ ਨਾਲ ਨਹੀਂ ਪਾ ਸਕਦੀ ਕਿ ਤੂੰ ਓਲੰਪਿਕ 'ਚ ਖੇਡਣ ਜਾ। ਸਰਕਾਰ ਕਹਿ ਸਕਦੀ ਤੂੰ ਓਲੰਪਿਕ 'ਚੋਂ ਖੇਡ ਕੇ ਆਇਆ, ਮੇਰੇ ਲਈ ਦੱਸ ਕੀ ਕਰਾਂ। ਜਿਹੜੀਆਂ ਸਹੂਲਤਾਂ ਨੇ ਉਹ ਤਾਂ ਸਰਕਾਰ ਨੇ ਮੁਹੱਈਆ ਕਰਾਉਣੀਆਂ। ਪਹਿਲਾਂ ਸਪੋਰਟਸਮੈਨ ਨਿਕਲਣ, ਉਹ ਚੀਜ਼ ਅਸੀਂ ਪੈਦਾ ਹੀ ਤਾਂ ਕਰ ਰਹੇ ਹਾਂ। ਜਿਹੜੇ ਸਪੋਰਟਸਮੈਨ ਨੇ ਉਹ ਕਹਿੰਦੇ ਆ ਕਿ ਹਰਿਆਣਾ ਦੇ ਵਿੱਚ ਸਾਨੂੰ ਜ਼ਿਆਦਾ ਸੁਵਿਧਾ ਮਿਲਦੀਆਂ ਨੇ, ਪੰਜਾਬ ਦੇ ਬਹੁਤ ਸਾਰੇ ਜਿਹੜੇ ਖਿਡਾਰੀ ਨੇ ਉਹ ਹਰਿਆਣੇ ਵੱਲੋਂ ਖੇਡ ਰਹੇ ਆ। ਉਹਨਾਂ ਲੋਕਾਂ ਨੂੰ ਹੀ ਤਾਂ ਕਹਿ ਰਹੇ ਹਾਂ ਕਿ ਜਦੋਂ ਤੁਸੀਂ ਚੁਣਦੇ ਹੋ ਆਪਣੀ ਡਿਮਾਂਡਸ ਰੱਖੋ, ਤੁਹਾਡਾ ਜਿਹੜਾ ਸਪੋਰਟਸ ਮਿਨਿਸਟਰ ਹੈ ਉਹਨੂੰ ਜਾ ਕੇ ਮਿਲੋ। ਤੁਹਾਨੂੰ ਕੀ ਲੱਗਦਾ ਜਦ ਗ੍ਰਹਿ ਮੰਤਰਾਲਾ ਸੁਖਬੀਰ ਸਿੰਘ ਬਾਦਲ ਹੋਰਾਂ ਕੋਲ ਸੀ ਜਦੋਂ ਇਹ ਮਾਮਲਾ? ਤੁਹਾਡਾ ਦਿਲ ਕਹਿੰਦਾ, ਮੈਂ ਤੁਹਾਨੂੰ ਇੱਕ ਇੱਕ ਤੁਹਾਡਾ ਦਿਲ ਕਹਿੰਦਾ ਕਿ ਕੋਈ ਸਿੱਖ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਸਾਹਿਬ ਐਡਾ ਵੱਡਾ ਕਦਮ ਕਰ ਸਕਦੇ ਨੇ? ਉਹਨਾਂ ਦੀ ਇੱਕ ਬੀਬੀ ਹੈ, ਉਹ ਕਹਿੰਦੀ ਜੀ 300 ਯੂਨਿਟ ਮਾਫ਼ ਕਰ ਗਏ, ਫਿਰ ਕਹਿੰਦੀ ਨਹੀਂ 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 ਤੁਸੀਂ ਦੱਸੋ 600 ਯੂਨਿਟ ਮਾਫ਼ ਕਰ ਗਏ। ਉਹ ਆਪਣੇ ਬਿਆਨਾਂ 'ਤੇ ਹੀ ਪੱਕੇ ਨਹੀਂ ਉਹਨਾਂ ਦੀ, ਇਸ ਕਰਕੇ ਬਹੁਤ ਹੀ ਗੱਲ ਨੂੰ ਬੋਧਰ ਨਾ ਕਰਿਆ ਕਰੋ। ਤੁਸੀਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਗੱਲ ਕੀਤੀ ਹੈ, ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਆ ਕਿ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਜਿੰਨੀਆਂ ਵੀ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ। ਪਹਿਲਾਂ ਤੁਸੀਂ ਬੀਜੇਪੀ ਦੇ ਨਾਲ ਰਹੇ ਅਤੇ ਹੁਣ ਤੁਸੀਂ ਖੇਤਰੀ ਪਾਰਟੀਆਂ ਨੂੰ ਉਹਨਾਂ ਦੇ ਵਿਰੁੱਧ ਇਕੱਠਾ ਕਰਦੇ ਫਿਰ ਰਹੇ ਹੋ, ਇਹ ਕੀ ਚੱਕਰ ਹੈ? ਉਹਦੀ ਪਿੱਠ ਥੱਪ ਪਾਓ, ਉਹਨਾਂ ਨੂੰ ਹੌਸਲਾ ਦਿਓ, ਹਿੰਮਤ ਦਿਓ ਕਿ ਵੈਰੀ ਗੁੱਡ, ਜਿਹੜਾ ਬੰਦਾ ਗਲਤ ਕਰ ਰਿਹਾ ਸੀ ਉਹਨੂੰ ਸਜ਼ਾ ਦੇ ਕੇ ਕਹਿਤਾ ਕਿ ਮੈਂ ਤੇਰੇ ਨਾਲ ਆਪਣਾ ਕੋਈ ਸਾਥ ਨਹੀਂ ਰੱਖਣਾ। ਗੱਲ ਖਤਮ ਹੋ ਗਈ। ਦੂਜੀਆਂ ਪਾਰਟੀਆਂ ਜੋ ਸਾਡੇ ਵਿਚਾਰਾਂ ਦੇ ਨਾਲ ਮਿਲਦੀਆਂ ਨੇ, ਜੋ ਸਾਡੇ ਨਾਲ ਮਿਲ ਕੇ ਚੱਲਦੀਆਂ ਨੇ, ਸਰਕਾਰ ਬਣਾਉਣ 'ਚ ਸਮਰਥਨ ਕਰਦੀਆਂ ਨੇ, ਕਿਸਾਨਾਂ ਦੀ ਸਪੋਰਟ ਕਰਦੀਆਂ ਨੇ, ਉਹਨਾਂ ਨਾਲ ਮਿਲ ਕੇ ਅਸੀਂ ਇਲੈਕਸ਼ਨ ਲੜ ਲਾਂਗੇ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਜਿਸ ਤਰ੍ਹਾਂ ਆਪਣਾ ਮਲੇਰਕੋਟਲਾ ਉੱਥੋਂ ਟਿਕਟ ਮਿਲਣੀ ਚਾਹੀਦੀ ਹੈ ਇਸ ਵਾਰ, ਕਿਉਂਕਿ ਲੰਬੇ ਸਮੇਂ ਤੋਂ ਤੁਸੀਂ ਪਾਰਟੀ ਦੇ ਵਿੱਚ ਜੁੜੇ ਹੋਏ ਹੋ, ਲਗਾਤਾਰ ਕੋਸ਼ਿਸ਼ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਲਈ, ਤੁਹਾਨੂੰ ਨਹੀਂ ਲੱਗਦਾ ਕਿ ਮਲੇਰਕੋਟਲਾ ਜਿੱਥੇ ਕਿ ਮੁਸਲਿਮ ਵੋਟ ਬੈਂਕ ਹੈ ਜਿਹੜੀ ਉਹ ਵੱਡੇ ਪੱਧਰ 'ਤੇ ਆ, ਤੁਹਾਨੂੰ ਟਿਕਟ ਮਿਲਣੀ ਚਾਹੀਦੀ ਹੈ ਇਸ ਵਾਰ? ਕਦੋਂ ਕੋਈ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦਾ ਸੀ ਸਾਡੇ ਲਈ ਇਹ ਕਰੀ? ਉਹਨਾਂ ਦੇ ਅੰਦਰ ਜਜ਼ਬਾ ਸੀ, ਉਹਨਾਂ ਨੇ ਕਿਸਾਨਾਂ ਲਈ, ਮਸੀਹਾ ਕਹਿੰਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨਾਂ ਦਾ, ਕਿਸ ਗੱਲ ਕਰਕੇ ਕਹਿੰਦੇ ਨੇ ਜੇਲ੍ਹਾਂ ਕੱਟੀਆਂ? ਜਿਹੜੀਆਂ ਮੁਸਲਿਮ ਔਰਤਾਂ ਹੈ ਉਹਨਾਂ ਦੀ ਗਿਣਤੀ ਤਾਂ ਜ਼ਰੂਰ ਹੈ ਪਰ ਘੱਟ ਗਿਣਤੀ ਹੈ, ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਤੌਰ ਇੱਕ ਮੁਸਲਿਮ ਲੀਡਰ ਦੇ ਤੌਰ 'ਤੇ? ਜੇ ਕਿਸੇ ਪਾਰਟੀ ਨੂੰ ਜ਼ਿੰਦਾ ਰੱਖਣਾ, ਜੇ ਕਿਸੇ ਦੇਸ਼ ਨੂੰ ਜ਼ਿੰਦਾ ਰੱਖਣਾ ਤਾਂ ਉੱਥੇ ਧਰਮ ਦੇ ਤੋਂ ਜ਼ਿਆਦਾ ਇਨਸਾਨੀਅਤ ਦੀ ਗੱਲ ਹੋਵੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਖਬਰਾਂ ਟੀਵੀ ਅਤੇ ਮੈਂ ਆ ਸੁਖਵਿੰਦਰਸ਼ੇਰਗਿੱਲ। ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਅਸੀਂ ਵੱਖ ਵੱਖ ਪਾਰਟੀਆਂ ਦੇ ਵੱਖ ਵੱਖ ਆਗੂਆਂ ਦੇ ਨਾਲ ਤੁਹਾਡੀ ਮੁਲਾਕਾਤ ਹੈ ਜਿਹੜੀ ਉਹ ਲਗਾਤਾਰ ਕਰਵਾ ਰਹੇ ਹਾਂ, ਅਤੇ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਅਤੇ ਮੀਤ ਪ੍ਰਧਾਨ ਨੇ ਇਸਤਰੀ ਵਿੰਗ ਦੇ, ਉਹਨਾਂ ਦੇ ਨਾਲ ਮੁਲਾਕਾਤ ਕਰਾਵਾਂਗੇ। ਮੰਜੂ ਕੁਰੇਸ਼ੀ ਜੀ ਸਾਡੇ ਨਾਲ ਮੌਜੂਦ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਦਿੰਦੇ ਹਾਂ। ਮੈਮ ਸਵਾਗਤ ਹੈ ਜੀ ਤੁਹਾਡਾ। ਧੰਨਵਾਦ। ਮੰਜੂ ਮੈਮ, ਜਿਸ ਤਰ੍ਹਾਂ ਤੁਸੀਂ ਇੱਕ ਜਿਹੜਾ ਇੰਡੀਆ ਦਾ ਇਤਿਹਾਸ ਹੈ ਉਸਦੇ ਵਿੱਚ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਕਿਸਾਨਾਂ ਦੀ, ਕਿਸਾਨ ਬੀਬੀਆਂ ਦੀ ਸੰਸਦ ਲੱਗੀ, ਉਸਦੀ ਭੂਮਿਕਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਹੁਤ ਹੀ ਇੱਕ ਜੁਰਤ ਵਾਲਾ ਜੀ, ਇੱਕ ਹੌਸਲੇ ਵਾਲਾ, ਇੱਕ ਜ਼ਿੰਦਾ ਦਿਲ ਕਦਮ ਜੀ, ਜਿਸ ਨੂੰ ਆਈ ਸਲੂਟ, ਮੈਂ ਉਹਨੂੰ ਸਲੂਟ ਕਰਦੀ ਹਾਂ ਕਿ ਕਿਸਾਨਾਂ ਦੇ ਨਾਲ ਜਿਸ ਤਰ੍ਹਾਂ ਬੀਬੀਆਂ ਸਾਥ ਦੇ ਰਹੀਆਂ ਨੇ ਔਰ ਦੇਣਾ ਚਾਹੀਦਾ ਵੀ ਜੀ। ਜਿਵੇਂ ਤੁਸੀਂ ਦੱਸਿਆ ਕਿ ਬੀਬੀਆਂ ਸਾਥ ਦੇ ਰਹੀਆਂ ਨੇ, ਪਰ ਜਿਹੜੇ ਨਰਿੰਦਰ ਮੋਦੀ ਸਰਕਾਰ ਹੈ, ਜਿਹੜੇ ਤੋਮਰ ਸਾਹਿਬ ਨੇ, ਉਹ ਲਗਾਤਾਰ ਬਿਆਨ ਦਿੰਦੇ ਆ ਕਿ ਕਿਸਾਨ ਜਿਹੜੇ ਖੇਤੀ ਕਾਨੂੰਨ ਨੇ ਉਹ ਰੱਦ ਨਹੀਂ ਹੋਣਗੇ, ਜੇਕਰ ਤੁਸੀਂ ਕੋਈ ਉਹਨਾਂ ਦੇ ਵਿੱਚ ਤਬਦੀਲੀ ਕਰਾਉਣੀ ਹੈ ਤਾਂ ਗੱਲਬਾਤ ਦੇ ਲਈ ਅਸੀਂ ਹਮੇਸ਼ਾ ਤਿਆਰ ਹਾਂ। ਇਹਨਾਂ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਂ ਇਹਨਾਂ ਬਿਆਨਾਂ ਨੂੰ ਇੰਝ ਦੇਖਦੀ ਹਾਂ ਜਿਵੇਂ ਆਪਾਂ ਕੋਈ ਕਮੇਡੀ ਸ਼ੋਅ ਦੇਖੀ ਹੈ। ਕਮੇਡੀਅਨ ਕੋਈ ਗੱਲ ਕਰਦਾ ਤਾਂ ਆਪਾਂ ਹੱਸਦੇ ਹਾਂ ਔਰ ਹੱਸ ਕੇ ਉਸ ਗੱਲ ਨੂੰ ਟਾਲ ਦਿੰਦੇ ਹਾਂ।
ਇਹ ਉਹ ਕਿਸਾਨ ਨੇ, ਇਹ ਉਹ ਪੰਜਾਬ ਹੈ ਕਿ ਜਿੱਥੇ ਕੋਈ ਇੱਥੋਂ ਅੰਗਰੇਜ਼ ਜਾਣ ਲਈ ਤਿਆਰ ਸੀ, ਪਰ ਜਿਹੜੇ ਪੰਜਾਬੀਆਂ ਨੇ ਆਪਣੇ ਬਲਬੂਤੇ ਤੇ ਅੰਗਰੇਜ਼ਾਂ ਨੂੰ ਭਜਾਉਣ ਦੀ ਜ਼ਰੂਰਤ ਕਰ ਸਕਦੇ ਨੇ, ਉਹਨਾਂ ਵਾਸਤੇ ਛੋਟੇ ਮੋਟੇ ਏ ਬੀ ਸੀ ਡੀ ਕੋਈ ਮਾਇਨਾ ਨਹੀਂ ਰੱਖਦੇ। ਇਹ ਚਲੇ ਜਾਣਗੇ, ਪਰ ਕਿਸਾਨ ਆਪਣੀ ਜਿੱਦ ਤੋਂ ਨਾ ਅੜੇ ਹਟਣਗੇ, ਔਰ ਨਾ ਹੀ ਹਟਣਾ ਚਾਹੀਦਾ, ਕਿਉਂਕਿ ਬੇਇਨਸਾਫੀ ਸਹਿਣੀ, ਬਹੁਤ ਜ਼ੁਲਮ ਕਿਸੇ ਦਾ ਹੱਦ ਤੋਂ ਜ਼ਿਆਦਾ ਬਰਦਾਸ਼ਤ ਕਰਨਾ ਮੈਂ ਨਹੀਂ ਸਮਝਣੀ, ਕਿਸੇ ਨੂੰ ਵੀ ਕਰਨਾ ਚਾਹੀਦਾ। ਉਹ ਆਪਣੇ ਹੱਕ ਲਈ ਲੜ ਰਹੇ ਨੇ, ਆਪਣੇ ਹੱਕਾਂ ਲਈ ਲੜਨ ਦਾ ਹੱਕ ਸਭ ਨੂੰ ਹੈ, ਅਤੇ ਮੋਦੀ ਸਾਹਿਬ ਉਹਨਾਂ ਦੀਆਂ ਵੋਟਾਂ ਨਾਲ ਹੀ ਬੀਜੇਪੀ ਦੀ ਸਰਕਾਰ ਬਣੀ ਇੰਡੀਆ ਦੇ ਵਿੱਚ, ਅਤੇ ਅੱਜ ਉਹ ਉਹਨਾਂ ਲੋਕਾਂ ਨੂੰ ਹੀ ਤਕਲੀਫ ਪਹੁੰਚਾ ਰਹੇ ਨੇ। ਇਹ ਉਹਨਾਂ ਦੇ ਲਈ ਸ਼ੋਭਾ ਨਹੀਂ ਦਿੰਦਾ। ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਮਮਤਾ ਬੈਨਰਜੀ ਨੂੰ ਲੋਕਾਂ ਨੇ ਸਿਰ 'ਤੇ ਬਿਠਾ ਲਿਆ ਨਾ, ਇਸੇ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਬਹੁਤ ਜਲਦੀ ਲੋਕਾਂ ਨੇ ਬਦਲ ਦੇਣੀ ਹੈ। ਤੁਸੀਂ ਦੇਖ ਲੈਣਾ ਤੁਹਾਡੇ ਸਾਹਮਣੇ ਕਿਸਾਨਾਂ ਦਾ ਇਹ ਸੰਘਰਸ਼, ਇਹ ਕਿਤੇ ਲੋਕਾਂ ਦੇ ਦਿਲਾਂ 'ਚ ਤਕਲੀਫ ਨਹੀਂ ਹੈ ਕਿ ਇੱਕ ਸਾਡੇ ਕਿਸਾਨ ਮੀਂਹ ਕਿਤੇ ਧੁੱਪ ਬਰਦਾਸ਼ਤ ਕਰਕੇ, ਬਜ਼ੁਰਗ ਔਰਤਾਂ, ਬਜ਼ੁਰਗ ਸਾਡੇ ਮਾਤਾ ਪਿਤਾ ਉੱਥੇ ਜਾ ਕੇ ਬੈਠੇ ਨੇ, ਨੌਜਵਾਨ ਮੁੰਡੇ ਬੈਠੇ ਨੇ, ਘਰਦਾਰ ਛੱਡ ਕੇ, ਪਰਿਵਾਰ ਛੱਡ ਕੇ, ਉਹਨਾਂ ਦੇ ਬੈਠਣ ਦਾ ਕੋਈ ਮਤਲਬ ਹੀ ਨਹੀਂ ਹੈ। ਉਹ ਵਿਹਲੇ ਨੇ, ਉਹ ਆਪਣੀ ਤਕਲੀਫ ਜ਼ਾਹਰ ਕਰਨੀ ਚਾਹੁੰਦੇ ਨੇ, ਦੱਸਣਾ ਚਾਹੁੰਦੇ ਨੇ ਕਿ ਅਸੀਂ ਆਹ ਜਿੰਦਾ ਦਿਲ ਲੋਕ ਆ ਜਿਹਨਾਂ ਨੇ ਅੰਗਰੇਜ਼ ਨਹੀਂ ਬਖਸ਼ੇ, ਅਤੇ ਤੂੰ ਤਾਂ ਚੀਜ਼ ਹੀ ਕੀ ਹੈ। ਮੰਜੂ ਜੀ, ਜਿਵੇਂ ਤੁਸੀਂ ਦੱਸਿਆ ਕਿ ਅੰਗਰੇਜ਼ ਨਹੀਂ ਛੱਡੇ, ਪਰ ਹੁਣ ਪਿਛਲੇ ਕੁਝ ਸਮੇਂ ਤੋਂ ਦੇਖਿਆ ਜਾ ਰਿਹਾ ਕਿ ਜਿਹੜੀਆਂ ਸੰਸਦ ਦਾ ਦੌਰ ਚੱਲ ਰਿਹਾ, ਲਗਾਤਾਰ ਸਦਨ ਦੇ ਨਾਲ ਨਾਲ ਕਿਸਾਨਾਂ ਦੀ ਵੀ ਜਿਹੜੀ ਸੰਸਦ ਆ ਉਹ ਸੱਦੀ ਜਾ ਰਹੀ ਹੈ, ਪਰ ਦੂਸਰੇ ਪਾਸੇ ਜਿਹੜੇ ਨਰਿੰਦਰ ਤੋਮਰ ਨੇ ਉਹ ਕਹਿੰਦੇ ਆ ਕਿ ਜਿਹੜੀ ਲੋਕਾਂ ਵੱਲੋਂ ਚੁਣੀ ਜਾਂਦੀ ਸੰਸਦ ਹੀ ਹੁੰਦੀ ਆ, ਬਾਕੀ ਕਿਸੇ ਸੰਸਦ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਉਸ ਬਿਆਨ ਨੂੰ ਕਿਵੇਂ ਦੇਖਦੇ ਹੋ? ਲੋਕਾਂ ਵੱਲੋਂ ਚੁਣੀ ਹੋਈ ਮੰਨਦੇ ਨੇ ਨਾ, ਫਿਰ ਉਹ ਲੋਕ ਹੀ ਤਾਂ ਹੈਗੇ। ਜਦ ਚੁਣਨ ਵਾਲੇ ਹੀ ਬੈਠ ਗਏ ਤਾਂ ਫਿਰ ਤੁਸੀਂ ਕਿਹਦੀਆਂ ਕੰਧਾਂ ਦੀਆਂ ਵੋਟਾਂ ਲਾਓਗੇ, ਇੱਟਾਂ ਦੀਆਂ ਲਾਓਗੇ? ਉਹ ਉਹੀ ਤਾਂ ਲੋਕ ਨੇ ਜਿਹੜੇ ਤੁਹਾਡੀ ਸਰਕਾਰ ਬਣਾ ਕੇ ਤੁਹਾਨੂੰ ਬਣਾਉਂਦੇ ਨੇ। ਉਹਨਾਂ ਲੋਕਾਂ ਦਾ ਸਰਕਾਰ ਬਣਨ ਤੋਂ ਬਾਅਦ ਬਦਲਾ ਲੈਣਾ ਸ਼ੁਰੂ ਕਰਤਾ, ਉਹ ਲੋਕ ਤੁਹਾਨੂੰ ਬਖਸ਼ਣਗੇ, ਉਹ ਸੰਸਦ ਤੁਹਾਡੀ ਬਣਾ ਸਕਦੇ ਨੇ, ਆਪਣੀ ਸੰਸਦ ਨੂੰ ਕਿੰਨਾ ਪੱਕਾ ਕਰਨਗੇ, ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਕੀ ਨਜ਼ਾਰਾ ਦਿਖਾਉਂਦੇ ਨੇ ਉਹ। ਅੱਛਾ ਮੰਜੂ ਜੀ, ਤੁਸੀਂ ਦੱਸਿਆ ਕਿ ਨਜ਼ਾਰਾ, ਪਰ ਪਿਛਲੇ ਕੁਝ ਸਮੇਂ ਤੋਂ ਦੇਖਣ ਨੂੰ ਮਿਲ ਰਿਹਾ ਕਿ ਪੋਲੀਟੀਕਲ ਪਾਰਟੀਆਂ ਬੜੀਆਂ ਐਕਟਿਵ ਨੇ ਸਦਨ ਦੇ ਵਿੱਚ। ਰਾਹੁਲ ਗਾਂਧੀ ਟਰੈਕਟਰ 'ਤੇ ਚੜ੍ਹ ਕੇ ਆਉਂਦੇ ਆ, ਤੁਹਾਡੀ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਉੱਧਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਭਗਵੰਤ ਮਾਨ ਨੇ ਜਿਹੜੇ ਉਹ ਲਗਾਤਾਰ ਕਾਫੀ ਜ਼ਿਆਦਾ ਐਕਟਿਵ ਦਿਖਾਈ ਦੇ ਰਹੇ ਨੇ। ਹੁਣ ਅਚਾਨਕ ਅਜਿਹਾ ਕੀ ਹੋ ਗਿਆ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਮੁੱਦੇ 'ਤੇ ਐਕਟਿਵ ਹੋ ਗਈਆਂ? ਤੁਹਾਡਾ ਖਿਆਲ ਨਹੀਂ ਹੋਣਾ ਚਾਹੀਦਾ ਸੀ? ਨਹੀਂ, ਹੋਣਾ ਚਾਹੀਦਾ ਸੀ। ਅਚਾਨਕ ਕੀ ਹੋ ਗਿਆ? ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਹੈ ਉਹ ਤਾਂ ਲਗਭਗ ਪਹਿਲਾਂ ਪੰਜਾਬ ਦੇ ਵਿੱਚ ਚੱਲਿਆ, ਪੰਜਾਬ ਨੇ ਅਗਵਾਈ ਕੀ ਰਹੀ, ਅਤੇ ਹੁਣ ਕਰੀਬ 8 ਮਹੀਨਿਆਂ ਦਾ ਜਿਹੜਾ ਸਮਾਂ ਉਹ ਦਿੱਲੀ ਦੀਆਂ ਬਰੂਹਾਂ 'ਤੇ ਹੋ ਗਿਆ। ਹੁਣ ਅਚਾਨਕ ਕੀ ਹੋਇਆ ਕਿ 2022 ਦੇਖ ਰਿਹਾ ਜਾਂ ਫਿਰ ਕੁਝ ਹੋਰ ਹੈ ਜੀ? ਦੇਖੋ, ਇੱਕ ਗੱਲ ਹੈ, ਜੇ ਕਿਸਾਨ ਖੁਸ਼ਹਾਲ ਹੈ ਨਾ ਤਾਂ ਸਾਰੀਆਂ ਪਾਰਟੀਆਂ ਖੁਸ਼ਹਾਲ ਨੇ, ਜੇ ਕਿਸਾਨ ਜਿਉਂਦਾ ਤਾਂ ਦੁਨੀਆ ਜਿਉਂਦੀ ਹੈ। ਕੋਈ ਪਾਰਟੀ, ਕੋਈ ਵੀ ਰਾਜਨੀਤਿਕ ਦਲ ਉਹ ਤਾਂ ਹੀ ਸਰਵਾਈਵ ਕਰੂਗਾ ਜੇ ਕਿਸਾਨ ਜ਼ਿੰਦਾ ਰਹੂਗਾ। ਜੇ ਸਾਡੇ ਕਿਸਾਨ ਨੂੰ ਬਚਾਉਣ ਲਈ ਇਹ ਕਿਸਾਨ ਹੀ ਨਾ ਬਚਿਆ ਤਾਂ ਕਿਹੜੀ ਪਾਰਟੀ, ਕਿਹੜੀ ਰਾਜਨੀਤੀ, ਕੁਛ ਵੀ ਨਹੀਂ ਬਚਣਾ। ਇਸ ਕਰਕੇ ਇਹ ਤਾਂ ਬਹੁਤ ਜ਼ਿਆਦਾ, ਮੈਂ ਤਾਂ ਇਹ ਸਮਝਦੀ ਹਾਂ ਕਿ ਉਹਨਾਂ ਦਾ, ਕਿਸਾਨਾਂ ਦਾ ਬਚਪਨ ਤੋਂ ਲਾ ਕੇ ਅੱਜ ਤੱਕ ਉਗਾਇਆ ਅੰਨ ਖਾਂਦੇ ਆ ਰਹੇ ਹਾਂ, ਉਹਨਾਂ ਵੱਲੋਂ ਦਿੱਤੀ ਹੋਈ ਤਾਕਤ ਦਾ ਅਸੀਂ ਤਾਂ ਹੱਕ ਵੀ ਅਦਾ ਕਰ ਸਕੀਏ, ਇਹ ਵੀ ਬਹੁਤ ਵੱਡੀ ਗੱਲ ਹੈ। ਇਹ ਉਹ ਕਿਸਾਨ ਨੇ ਜਿਨ੍ਹਾਂ ਨੇ ਦਿਨ ਨਹੀਂ ਦੇਖਿਆ, ਰਾਤ ਨਹੀਂ ਦੇਖੀ, ਕਰਜ਼ਿਆਂ 'ਚ ਡੁੱਬ ਕੇ, ਫਾਂਸੀਆਂ ਲੈ ਕੇ, ਪਤਾ ਨਹੀਂ ਕਿੰਨੇ ਕਰਜ਼ਿਆਂ 'ਚ ਦਬੇ ਹੋਏ ਲੋਕ, ਨੌਜਵਾਨ ਮੁੰਡੇ ਆਪਣੇ ਆਪ ਨੂੰ ਖਤਮ ਕਰ ਗਏ। ਇਹ ਉਹ ਕਿਸਾਨ ਨੇ, ਅੱਜ ਇਹਨਾਂ ਨੂੰ ਤੁਸੀਂ ਮਤਲਬ ਕਿ ਮਰਨ ਲਈ, ਤਰਸਣ ਲਈ ਖਤਮ ਕਰਨਾ ਚਾਹੁੰਦੇ ਹੋ। ਜਦ ਉਹਨਾਂ ਨੂੰ ਕੋਈ ਕਾਨੂੰਨ ਤੁਹਾਡੇ ਪਸੰਦ ਨਹੀਂ, ਫਿਰ ਤੁਸੀਂ ਉਹ ਕਾਲੇ ਕਾਨੂੰਨ ਵਾਪਸ ਲੈ ਲਓ। ਅਗਰ ਸਾਰੀਆਂ ਪਾਰਟੀਆਂ ਇਹ ਗੱਲ ਕਹਿ ਰਹੀਆਂ ਨੇ ਤਾਂ ਬਹੁਤ ਅੱਛੀ ਗੱਲ ਹੈ, ਕਦੋਂ ਕਹਿ ਰਹੀਆਂ ਨੇ, ਨਹੀਂ ਕਹਿ ਰਹੀਆਂ, ਇਹ ਕੋਈ ਮੈਟਰ ਨਹੀਂ, ਪਰ ਕਹਿ ਰਹੀਆਂ ਨੇ ਇੰਨਾ ਹੀ ਸ਼ੁਕਰ ਹੈ। ਹਾਂ, ਪਰ ਹਾਂ ਦਾ ਨਾਰਾ ਕੁਛ ਐਸਾ ਹੁੰਦਾ ਕਿ ਜੋ ਕਦੀ ਭੁਲਾਇਆ ਨਹੀਂ ਜਾਂਦਾ। ਰਾਜਨੀਤੀ ਲਈ ਲੋਕ ਆਉਂਦੇ ਨੇ, ਤੁਸੀਂ ਕਹਿੰਦੇ ਹੋ ਕਿ ਰਾਜਨੀਤੀ ਕਰਕੇ 2022 ਕਰਕੇ ਲੋਕ ਉੱਥੇ ਜਾ ਰਹੇ ਨੇ, ਪਰ ਜਿਹੜੇ ਬਣੇ ਹੋਏ ਅਸਤੀਫਾ ਦੇ ਆਏ ਉਹ ਕਾਹਦੇ ਵਾਸਤੇ ਜਾ ਰਹੇ ਨੇ? ਨਹੀਂ, ਤੁਸੀਂ ਹੁਣ ਅਸਤੀਫੇ ਦੀ ਗੱਲ ਕੀਤੀ ਹੈ, ਪਹਿਲਾਂ ਤਾਂ ਵੱਡੇ ਬਾਦਲ ਸਾਹਿਬ ਵੀ ਹਮਾਇਤ ਕਰਦੇ ਰਿਹਾ, ਹਰਸਿਮਰਤ ਕੌਰ ਬਾਦਲ ਵੀ ਹਮਾਇਤ ਕਰਦੇ ਰਿਹਾ, ਅਤੇ ਤੁਹਾਡਾ ਲੰਬੇ ਸਮੇਂ ਦਾ ਗਠਜੋੜ ਰਿਹਾ, ਉਦੋਂ ਤੁਹਾਨੂੰ ਨਹੀਂ ਪਤਾ ਸੀ ਕਿ ਇਹ ਕਾਨੂੰਨ ਨੇ ਮਾੜੇ ਨੇ ਜੀ? ਦੇਖੋ, ਕਈ ਵਾਰ ਅਸੀਂ ਬੜੀ ਖੂਬਸੂਰਤ ਦੇਖ ਕੇ ਨਾ ਸਬਜ਼ੀ ਖਰੀਦ ਲੈਂਦੇ ਹਾਂ ਜੀ, ਉਹਨੂੰ ਖਰੀਦ ਕੇ ਲਿਆ ਕੇ ਲੱਗਦਾ ਵੀ ਇੰਨੀ ਵਧੀਆ ਸਬਜ਼ੀ ਨਹੀਂ ਦੇਖੀ, ਪਰ ਜਦੋਂ ਕੱਟ ਕੇ ਦੇਖੋ ਵਿੱਚੋਂ ਕਾਣੀ ਹੁੰਦੀ ਹੈ। ਹੁਣ ਜਦੋਂ ਇਹਨਾਂ ਨੇ ਦੇਖਿਆ ਕਿ ਅਸਲ 'ਚ ਬੀਜੇਪੀ ਅੰਦਰੋਂ ਇਹ ਹੈ
ਤਾਂ ਉਹਨਾਂ ਨੇ ਕਿਹਾ ਲੈ ਭਾਈ ਆਪਣਾ ਅਸਤੀਫਾ ਫੜਸ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੇ। ਜਦੋਂ ਤੱਕ ਸਾਨੂੰ ਤੇਰਾ ਪਤਾ ਨਹੀਂ ਸੀ ਅਸੀਂ ਤੇਰੇ ਕਾਨੂੰਨ ਦੀ ਤਾਰੀਫ ਵੀ ਕੀਤੀ, ਪਰ ਜਦੋਂ ਤੂੰ ਸਾਡੀ ਗੱਲ ਹੀ ਨਹੀਂ ਮੰਨਣੀ, ਅਸੀਂ ਕਿਹਾ ਕਾਨੂੰਨ ਵਧੀਆ ਅਸੀਂ ਉਹੀ ਕਹਿ ਰਹੇ ਹਾਂ ਕਾਨੂੰਨ ਮਾੜੇ ਨੇ, ਫਿਰ ਕਾਨੂੰਨ ਵਾਪਸ ਲੈ ਲਓ ਜੇ ਤੁਸੀਂ ਸਾਡੀ ਮੰਨਦੇ ਹੋ ਗੱਲ। ਅਗਰ ਕਾਨੂੰਨ ਤੁਸੀਂ ਵਾਪਸ ਨਹੀਂ ਲੈਣੇ ਤਾਂ ਅਸੀਂ ਤੁਹਾਨੂੰ ਹੱਥ ਜੋੜੇ। ਜਿਵੇਂ ਤੁਸੀਂ ਕਾਨੂੰਨਾਂ ਦੀ ਗੱਲ ਕਰੀਏ, ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਹੈ ਕਿ ਜਿੱਥੇ ਔਰਤਾਂ ਦੀ ਸ਼ਮੂਲੀਅਤ ਵੱਡੇ ਪੱਧਰ 'ਤੇ ਹੈ, ਸਾਰੇ ਜਾਤਾਂ ਧਰਮਾਂ ਦੇ ਲੋਕ ਕਿਸਾਨੀ ਅੰਦੋਲਨ ਦੇ ਵਿੱਚ ਜੁੜੇ ਹੋਏ ਨੇ, ਉੱਥੇ ਦੇਖਣ ਨੂੰ ਮਿਲ ਰਿਹਾ ਕਿ ਜਿਹੜੀਆਂ ਮੁਸਲਿਮ ਔਰਤਾਂ ਹੈ ਉਹਨਾਂ ਦੀ ਗਿਣਤੀ ਤਾਂ ਜ਼ਰੂਰ ਹੈ ਪਰ ਘੱਟ ਗਿਣਤੀ ਹੈ। ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਤੌਰ ਇੱਕ ਮੁਸਲਿਮ ਲੀਡਰ ਦੇ ਤੌਰ 'ਤੇ? ਦੇਖੋ, ਜਿਹੜੀਆਂ ਵੀ ਪਾਰਟੀਆਂ ਨੇ, ਪਹਿਲੀ ਗੱਲ ਤਾਂ ਇਹ ਹੈ, ਮੈਂ ਤਾਂ ਇਹ ਸਮਝਦੀ ਹਾਂ, ਕਿਸੇ ਵੀ ਜਾਤੀ ਧਰਮ ਦੇ ਨਾਂ ਦੇ ਉੱਤੇ ਪਾਰਟੀਆਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ ਕਿ ਇਹਦੀ ਜਾਤੀ ਇਹ ਹੈ, ਇਹ ਇਸ ਕਰਕੇ ਇਹਦੀ ਜਾਤੀ ਇਹ ਹੈ। ਗੁਰੂ ਸਾਹਿਬ ਨੇ ਤਾਂ ਸਦੀਆਂ ਪਹਿਲਾਂ ਜਾਤਾਂ ਨੂੰ ਮਿਟਾਇਆ ਸੀ, ਇਹ ਪਾਰਟੀਆਂ ਨੇ ਫਿਰ ਜਾਤਾਂ ਧਰਮਾਂ ਦੀ ਗੱਲ ਨੂੰ ਛੇੜਤਾ। ਅਸਲ 'ਚ ਤਾਂ ਇਹ ਹੋਣਾ ਚਾਹੀਦਾ ਕਿ ਜੋ ਇਨਸਾਨ ਅੱਛਾ ਉਸ ਨੂੰ ਮਤਲਬ ਕਿ ਅੱਗੇ ਲੈ ਕੇ ਆਉਣਾ ਚਾਹੀਦਾ। ਰਹੀ ਗੱਲ ਮੁਸਲਿਮ ਲੇਡੀਜ਼ ਦੀ, ਅਗਰ ਮੁਸਲਿਮ ਲੇਡੀਜ਼ ਕੈਪੇਬਲ ਨੇ, ਉਹਨਾਂ ਦੇ ਵਿੱਚ ਬਫ ਹੈ, ਪਾਰਟੀ ਲਈ ਵਰਕ ਕਰ ਰਹੀਆਂ ਨੇ, ਤਾਂ ਉਹਨਾਂ ਨੂੰ ਇਗਨੋਰ ਕਦੀ ਕਰਨਾ ਹੀ ਨਹੀਂ ਚਾਹੀਦਾ। ਅਗਰ ਵਫਾਦਾਰ ਵਰਕਰ ਕਹਿੰਦੇ ਕਿਸੇ ਨੂੰ ਖਤਮ ਕਰਨਾ ਹੋਏ ਨਾ, ਤਾਂ ਉਹਦਾ ਫਾਈਨਾਂਸ ਖਤਮ ਕਰ ਦਿਓ, ਫਾਈਨੈਂਸ਼ਲੀ ਤੌਰ 'ਤੇ ਉਹਨੂੰ ਡਾਊਨ ਕਰ ਦਿਓ, ਉਹ ਮੈਂਟਲੀ ਵੀ ਅਪਸੈਟ ਹੋ ਜਾਏਗਾ ਔਰ ਵੈਸੇ ਵੀ ਖਤਮ ਹੋ ਜਾਏਗਾ। ਇਸੇ ਤਰ੍ਹਾਂ ਜਦੋਂ ਕਿਸੇ ਪਾਰਟੀ ਨੂੰ ਖਤਮ ਕਰਨਾ ਹੋਵੇ ਤਾਂ ਉਹਦੇ 'ਚ ਦੌਲਤਮੰਦ ਲੋਕਾਂ ਨੂੰ ਲਿਆ ਕੇ ਅੱਗੇ ਕਰ ਦਿਓ, ਉਹ ਨਾ ਤਾਂ ਪਾਰਟੀ ਲਈ ਕੰਮ ਕਰਨਗੇ, ਨਾ ਪਾਰਟੀ ਨੂੰ ਅਪ ਕਰਨ ਦੀ ਸੋਚਣ, ਉਹਨਾਂ ਕੋਲ ਟਾਈਮ ਹੀ ਨਹੀਂ। ਅਤੇ ਜਿਹੜੇ ਸੱਚੇ ਸੁੱਚੇ ਦਮਦਾਰ ਵਰਕਰ ਨੇ ਪਾਰਟੀ ਨੂੰ ਜ਼ਿੰਦਾ ਰੱਖਣ ਵਾਲੇ, ਉਹਨਾਂ ਨੂੰ ਪਿੱਛੇ ਕਰ ਦਿਓ, ਆਪਣੇ ਆਪ ਆਉਣ ਵਾਲੇ ਸਮੇਂ ਦੇ ਵਿੱਚ ਉਹ ਪਾਰਟੀ ਖਤਮ ਹੋ ਜਾਏਗੀ। ਜੇ ਕਿਸੇ ਪਾਰਟੀ ਨੂੰ ਜ਼ਿੰਦਾ ਰੱਖਣਾ, ਜੇ ਕਿਸੇ ਦੇਸ਼ ਨੂੰ ਜ਼ਿੰਦਾ ਰੱਖਣਾ, ਤਾਂ ਉੱਥੇ ਧਰਮ ਦੇ ਤੋਂ ਜ਼ਿਆਦਾ ਇਨਸਾਨੀਅਤ ਦੀ ਗੱਲ ਹੋਵੇ। ਜੇ ਇਨਸਾਨੀਅਤ ਕਿਸੇ ਦੇ ਅੰਦਰ ਹੋਏਗੀ ਤਾਂ ਧਰਮ ਦਾ ਅਦਬ ਉਹ ਇਨਸਾਨ ਕਰੇਗਾ। ਮੰਜੂ ਕੁਰੈਸ਼ੀ ਜੇ ਮਸਜਿਦ ਜਾਂਦੀ ਹੈ ਨਾ, ਤਾਂ ਗੁਰੂ ਸਾਹਿਬ ਨੂੰ ਵੀ ਉਹ ਸਜਦਾ ਕਰੇ ਬਿਨਾਂ ਕਦੇ ਲੰਘਦੀ ਨਹੀਂ। ਉਹਦੇ ਲਈ ਮੰਦਰ, ਮਸਜਿਦ, ਗੁਰਦੁਆਰੇ ਸਭ ਇੱਕ ਜੈਸੇ ਨੇ। ਇਸ ਕਰਕੇ ਅੱਛੇ ਇਨਸਾਨਾਂ ਦਾ, ਕੱਲ੍ਹ ਜੇ ਸਪੋਰਟਸ ਦੇ ਵਿੱਚ ਕਹਿਣ ਲੱਗ ਗਏ ਕਿ ਜੀ ਇੱਥੇ ਉਹਨਾਂ ਦੀ ਗਿਣਤੀ ਵੱਧ ਹੈ, ਆਪਾਂ ਓਲੰਪਿਕ ਦੇ ਵਿੱਚ ਇਹ ਕਾਸਟ ਵਾਲਿਆਂ ਨੂੰ ਜ਼ਿਆਦਾ ਭੇਜ ਦਿੰਦੇ ਹਾਂ। ਇਸ ਕਰਕੇ ਇੰਡੀਅਨ ਬੰਦਾ ਇੰਡੀਅਨ ਹੈ, ਉਹ ਆਪਣੇ ਵਿਆਹ ਸ਼ਾਦੀਆਂ ਲਈ ਜਾਤਾਂ 'ਚ ਬੰਦਿਆ ਹੋਣਾ ਚਾਹੀਦਾ। ਕਮ ਸੇ ਕਮ ਵੋਟਾਂ ਪਾਉਣ 'ਚ, ਇਲੈਕਸ਼ਨ ਲੜਨ 'ਚ ਤਾਂ ਜਾਤਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਨਵਾਂ ਮੁੱਦਾ ਕੀ ਆ ਗਿਆ, ਕੋਈ ਕਹਿੰਦਾ ਜੀ ਉਹ ਹਿੰਦੂ ਹੈ, ਉਹ ਮੁਸਲਮਾਨ ਹੈ, ਉਹ ਸਰਦਾਰ ਹੈ, ਉਹ ਇਨਸਾਨ ਕੈਸੇ, ਇਸਦਾ ਕੋਈ ਮਤਲਬ ਨਹੀਂ। ਉਸਨੇ ਸਮਾਜ ਨੂੰ ਕੀ ਦੇਣ ਦਿੱਤੀ, ਉਹ ਸਮਾਜ ਨੂੰ ਕਿੰਨਾ ਪਿਆਰ ਕਰਦਾ, ਸਮਾਜ ਦੇ ਪ੍ਰਤੀ ਉਸਦੇ ਅੰਦਰ ਦੀ ਭਾਵਨਾ ਕੀ ਹੈ, ਉਹ ਦੂਸਰਿਆਂ ਦੇ ਦਰਦ ਨੂੰ ਕਿੰਨਾ ਦਰਦ ਸਮਝਦਾ। ਕਮ ਸੇ ਕਮ ਇਸ ਚੀਜ਼ ਦੇ ਕੰਨੀ ਧਿਆਨ ਦਿਓ, ਕਿਉਂ ਇਸ ਚੀਜ਼ ਵੱਲ ਤੁਰ ਪਏ ਕਿ ਉਹਦੀ ਜਾਤ ਕੀ ਹੈ। ਉੱਥੇ ਤਾਂ ਅਮਲਾਂ ਤੇ ਹੋਣਗੇ, ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ, ਕਿਸੇ ਨੇ ਤੇਰੀ ਬਾਤ ਪੁੱਛਣੀ, ਕੰਮਾਂ ਨਾਲ ਦੁਨੀਆ ਜਾਣਦੀ ਹੈ, ਤੁਹਾਡੇ ਕੰਮ ਕੈਸੇ ਨੇ। ਅੱਛਾ ਮੰਜੂ ਜੀ, ਜਿਵੇਂ ਤੁਸੀਂ ਦੱਸਿਆ ਕਿ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਪਰ ਇੰਨੇ ਸਾਲਾਂ ਤੋਂ ਜਿਹੜੀਆਂ ਸਾਡੀਆਂ ਸੱਤਾਧਰ ਪਾਰਟੀਆਂ ਰਹੀਆਂ ਨੇ, ਉਹ ਭਾਵੇਂ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੋਵੇ, ਭਾਵੇਂ ਕਾਂਗਰਸ ਹੋਵੇ, ਲੰਬਾ ਸਮਾਂ ਸੱਤਾ ਦੇ ਵਿੱਚ ਰਹੇ ਹੋ ਤੁਸੀਂ, ਪੰਜਾਬ ਦੀ ਗੱਲ ਕਰ ਲਈ ਜਾਵੇ, ਪਰ ਅੱਜ ਵੀ ਲੋਕ ਨੇ ਜਿਹੜੇ ਉਹ ਜਿਹੜੀਆਂ ਲੋੜੀਂਦੀਆਂ ਲੋੜਾਂ ਨੇ ਉਹਨਾਂ ਦੇ ਲਈ ਸੰਘਰਸ਼ ਕਰ ਰਹੇ ਨੇ। ਇੱਟਾਂ ਗਲੀਆਂ ਦੇ ਵਿੱਚ ਲਾਤੀਆਂ, ਨਾਲੀਆਂ ਪੱਕੀਆਂ ਕਰਤੀਆਂ, ਅੱਜ ਤੁਸੀਂ ਹੁਣ ਮੀਂਹ ਦੇ ਮੌਸਮ ਦੇ ਵਿੱਚ ਆਏ ਹੋ, ਆਪ ਖੁਦ ਹਾਲਾਤ ਦੇਖੇ ਨੇ ਕਿ ਤੁਹਾਡੀ ਵੀ ਸਰਕਾਰ ਰਹੀ ਹੈ, ਕਾਂਗਰਸ ਦੀ ਸਰਕਾਰ ਦੀ 4.5 ਸਾਲ ਦੀ ਕਾਰਗੁਜ਼ਾਰੀ ਹੋ ਗਈ, ਹਾਲੇ ਤੱਕ ਗਲੀਆਂ ਨਾਲੀਆਂ ਦੇ ਵਿੱਚ ਹੀ ਫਸੇ ਹੋਏ ਨੇ, ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਮੈਂ ਤਾਂ ਇਹ ਕਹਿੰਦੀ ਹਾਂ ਵੀ ਜਦ ਤੱਕ ਦੁਨੀਆ ਉੱਠ ਕੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਨਹੀਂ ਕਹਿਣ ਲੱਗਦੀ, ਉਦੋਂ ਤੱਕ ਇਹ ਨਾਲੀਆਂ ਤੇ ਸੜਕਾਂ ਜਿੰਨੀਆਂ ਕੁ ਬਣੀਆਂ ਨਾ, ਇੰਨੀਆਂ ਕੁ ਵੀ ਪੱਟ ਦੇਣਗੇ ਇਹ ਲੀਡਰ। ਇਹ ਜਿਹੜੀਆਂ ਬਣੀਆਂ ਹੋਈਆਂ, ਇੰਨਾ ਕੁ ਸ਼ੁਕਰ ਕਰੋ ਇਹ ਵੀ ਨਾ ਖਤਮ ਕਰ ਦੇਣ, ਕਿਉਂ ਕਿ ਤੁਸੀਂ ਹੱਕ ਔਰ ਸੱਚ। ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ, ਕਦੇ ਜਾਤ ਪਾਤ ਦਾ ਭੇਦਭਾਵ ਨਹੀਂ ਕੀਤਾ। ਅਗਰ ਮੱਕਾ, ਸਾਡੇ ਅਜਮੇਰ ਸ਼ਰੀਫ ਮੱਕਾ ਮਦੀਨਾ ਤੋਂ ਬਾਅਦ ਮੁਸਲਿਮ ਇੱਕ ਹੱਜ ਦੀ ਤਰ੍ਹਾਂ ਮੱਕਾ ਮਦੀਨਾ ਜਾਂਦੇ ਨੇ ਤੇ ਅਜਮੇਰ ਸ਼ਰੀਫ ਸਲਾਮ ਕਰਨ ਜਾਂਦੇ ਨੇ, ਉਹਨਾਂ ਨੇ ਅਜਮੇਰ ਸ਼ਰੀਫ ਜਾਣ ਵਾਸਤੇ ਬੱਸਾਂ ਲਾਈਆਂ, ਉਹਨਾਂ ਨੇ ਹਰ ਜਾਤੀ ਹਰ ਧਰਮ ਦੇ ਲੋਕਾਂ ਦੇ ਵਾਸਤੇ ਮੁਫਤ ਮਤਲਬ ਕਿ ਕਿਹਾ ਬੱਸਾਂ ਲਾਤੀਆਂ। ਜਿਹੜਾ ਵੀ ਸਰਦਾਰ ਨੇ ਦਰਬਾਰ ਸਾਹਿਬ ਜਾਣਾ ਚਾਹੁੰਦੇ ਨੇ ਦਰਸ਼ਨ, ਚਾਹੇ ਕਿਸੇ ਵੀ ਧਰਮ ਨਾਲ ਹੈ, ਕੋਈ ਮੁਸਲਮਾਨ ਕਿਹੜਾ ਦਰਬਾਰ ਸਾਹਿਬ ਜਾਣਾ ਨਹੀਂ ਚਾਹੁੰਦਾ, ਜਾਂ ਕੋਈ ਹਿੰਦੂ ਕਿਹੜਾ ਨਹੀਂ ਅਜਮੇਰ ਸ਼ਰੀਫ ਜਾਣਾ ਚਾਹੁੰਦਾ, ਸਾਰੇ ਮੰਦਰਾਂ ਮਸਜਿਦਾਂ ਲਈ ਧਰਮਾਂ ਲਈ ਉਹਨਾਂ ਨੇ ਦਰਵਾਜ਼ੇ ਖੋਲ੍ਹਤੇ। ਇੱਕ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ, ਉਹਦੀ ਥਿਊਰੀ ਨਾਲ ਚੱਲੇ। ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 5 ਵਾਰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਔਰ ਉਹਨਾਂ ਨੇ ਵਿਕਾਸ ਇੰਨਾ ਕੀਤਾ, ਤੁਸੀਂ ਮੈਨੂੰ ਦੱਸ ਦਿਓ ਉਹਨਾਂ ਤੋਂ ਵੱਧ ਵਿਕਾਸ ਕਿਸ ਪਾਰਟੀ ਨੇ ਕੀਤਾ?
ਤੁਸੀਂ ਦੱਸਿਆ ਕਿ ਵਿਕਾਸ ਦੀ ਗੱਲ ਕੀਤੀ ਹੈ ਅਤੇ ਸਾਰੇ ਧਰਮਾਂ ਅਤੇ ਜਾਤਾਂ ਨੂੰ ਸਤਿਕਾਰ ਦਿੱਤਾ, ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਜਿਸ ਤਰ੍ਹਾਂ ਆਪਣਾ ਮਲੇਰਕੋਟਲਾ ਉੱਥੋਂ ਟਿਕਟ ਮਿਲਣੀ ਚਾਹੀਦੀ ਹੈ ਇਸ ਵਾਰ, ਕਿਉਂਕਿ ਲੰਬੇ ਸਮੇਂ ਤੋਂ ਤੁਸੀਂ ਪਾਰਟੀ ਦੇ ਵਿੱਚ ਜੁੜੇ ਹੋਏ ਹੋ, ਲਗਾਤਾਰ ਕੋਸ਼ਿਸ਼ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਲਈ, ਤੁਹਾਨੂੰ ਨਹੀਂ ਲੱਗਦਾ ਕਿ ਮਲੇਰਕੋਟਲਾ ਜਿੱਥੇ ਕਿ ਮੁਸਲਿਮ ਵੋਟ ਬੈਂਕ ਹੈ ਜਿਹੜੀ ਉਹ ਵੱਡੇ ਪੱਧਰ 'ਤੇ ਆ, ਤੁਹਾਨੂੰ ਟਿਕਟ ਮਿਲਣੀ ਚਾਹੀਦੀ ਹੈ ਇਸ ਵਾਰ? ਦੇਖੋ, ਮੈਂ ਇਹ ਸਮਝਦੀ ਹਾਂ ਵੀ ਮਲੇਰਕੋਟਲਾ ਜ਼ਰੂਰ ਮੁਸਲਿਮ ਸ਼ਹਿਰ ਹੈ, ਉੱਥੋਂ ਕਿਸੇ ਮੁਸਲਮਾਨ ਨੂੰ ਟਿਕਟ ਮਿਲਦੀ ਹੈ, ਮਿਲੇਗੀ ਵੀ ਮੁਸਲਮਾਨ ਨੂੰ ਹੀ, ਪਰ ਕਿਸ ਨੂੰ ਮਿਲਣੀ ਹੈ ਇਹ ਬਾਦਲ ਸਾਹਿਬ ਜਾਣਦੇ, ਉਹ ਕਿਹਨੂੰ ਟਿਕਟ ਦਿੰਦੇ ਨੇ। ਹਾਂ, ਇੰਨਾ ਜ਼ਰੂਰ ਹੈ ਕਿ ਇਸ ਵਾਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ 2022 'ਚ ਸਰਕਾਰ ਬਣਾਉਣੀ ਹੈ, ਅਤੇ ਉਹ ਸਰਕਾਰ ਬਣਾਉਣ ਦਾ ਮਕਸਦ ਇਹ ਹੈ ਕਿ ਜੇ ਅਸੀਂ ਕੈਂਡੀਡੇਟ ਐਸੇ ਲਿਆਵਾਂਗੇ ਜਿਹੜੇ ਜਿੱਤਣ ਵਾਲੇ ਹੋਣਗੇ, ਵਿਨਿੰਗ ਕੈਂਡੀਡੇਟ, ਤਾਂ ਨੈਚੁਰਲੀ ਹੈ ਕਿ ਸਾਡੀ ਸਰਕਾਰ ਆਏਗੀ। ਅਗਰ ਕਿਤੇ ਕੈਂਡੀਡੇਟ ਦੇ ਵਿੱਚ ਕੋਈ ਗੱਲਬਾਤ 19-21 ਹੁੰਦੀ ਹੈ ਤਾਂ ਸਾਰਾ ਅਸਰ ਤਾਂ ਆਉਣ ਵਾਲੀ ਸਰਕਾਰ 'ਤੇ ਪੈਂਦਾ। ਇਸ ਕਰਕੇ ਬਾਦਲ ਸਾਹਿਬ ਨੇ ਦੇਖਣਾ, ਜੇ ਮੇਰੇ ਆਉਣ ਨਾਲ ਪਾਰਟੀ ਨੂੰ ਮੈਂ ਜਿੱਤਿਆ ਹੋਇਆ MLA ਮਿਲਦਾ ਤਾਂ ਉਹ ਮੈਨੂੰ ਟਿਕਟ ਦੇਣਗੇ, ਅਗਰ ਮੇਰੇ ਤੋਂ ਜ਼ਿਆਦਾ ਕੋਈ ਬੈਟਰ ਹੋਇਆ ਤਾਂ ਉਹਨੂੰ ਟਿਕਟ ਦੇ ਦੇਣਗੇ। ਅੱਛਾ, ਜਿਵੇਂ ਤੁਸੀਂ ਦੱਸਿਆ ਕਿ ਟਿਕਟ ਵੱਡੇ ਜਿਹੜੇ ਬਾਦਲ ਸਾਹਿਬ ਨੇ ਉਹਨਾਂ ਨੇ ਉਹ ਕਰਨੀ ਹੈ, ਪਰ ਜੇਕਰ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਤੁਹਾਡੇ ਕੀ ਏਜੰਡੇ ਹੋਣਗੇ, ਤੁਸੀਂ ਕੀ ਨਵਾਂ ਲੈ ਕੇ ਆਉਂਗੇ, ਕਿਉਂਕਿ ਕੈਪਟਨ ਸਰਕਾਰ ਨੇ ਮਲੇਰਕੋਟਲਾ ਨੂੰ ਹੁਣ ਜ਼ਿਲ੍ਹਾ ਐਲਾਨ ਦਿੱਤਾ, ਜ਼ਿਲ੍ਹਾ ਬਣ ਗਿਆ, ਉਸਦਾ ਅਸਰ ਕਿੰਨਾ ਕੁ ਮੰਨਦੇ ਹੋ ਕਿ 2022 'ਤੇ ਪਏਗਾ ਜੀ? ਦੇਖੋ, ਇਸ ਤਰ੍ਹਾਂ ਹੈ ਕਿ ਜ਼ਿਲ੍ਹਾ ਬਹੁਤ ਲੇਟ ਬਣਾਇਆ ਜੀ, ਜਦੋਂ ਬਣਾਇਆ 5 ਮਹੀਨੇ ਰਹਿ ਗਏ ਜੀ, ਕੁਛ ਵੀ ਉੱਥੇ ਲਾਗੂ ਹੋ ਨਹੀਂ ਸਕਦਾ। ਠੀਕ ਹੈ, ਉਹ ਪਾਵਰਾਂ ਸੀ ਜਿਹੜੀਆਂ ਉੱਥੇ ਦੀ MLAs ਨੂੰ ਦਿੱਤੀਆਂ ਨਹੀਂ ਉਨੀਆਂ ਜਿੰਨੀਆਂ ਉਹਨਾਂ ਨੂੰ ਮਿਲ ਜਾਣੀਆਂ ਚਾਹੀਦੀਆਂ ਸੀ, ਉਹ ਉਹਨਾਂ ਕੁਛ ਨਹੀਂ ਕਰ ਸਕਦੇ ਜੋ ਹੋਣਾ ਚਾਹੀਦਾ ਸੀ। ਲੋਕ ਉੱਥੇ ਕੋਈ ਸੈਟਿਸਫਾਈ ਨਹੀਂ ਹੈ ਕਿ ਜ਼ਿਲ੍ਹਾ ਬਣਾਤਾ, ਅਸੀਂ ਬਹੁਤ ਖੁਸ਼ ਹਾਂ, ਕੋਈ ਖੁਸ਼ ਨਹੀਂ ਹੈ, ਕਿਉਂਕਿ ਲੋਕਾਂ ਨੂੰ ਜੋ ਮਿਲਣਾ ਚਾਹੀਦਾ ਸੀ ਉਹ ਤਾਂ ਕੁਛ ਮਿਲਿਆ ਹੀ ਨਹੀਂ ਨਾ। ਲੋਕ ਤਾਂ ਵਾਂਝੇ ਨੇ, ਲਾਈਟ ਉੱਥੇ ਆਉਂਦੀ ਨਹੀਂ, ਤੁਸੀਂ ਕਦੀ ਮਲੇਰਕੋਟਲਾ ਦਾ ਹਾਲ ਤਾਂ ਜਾ ਕੇ ਦੇਖੋ ਕਿ 8-8 ਘੰਟੇ ਲੋਕ ਲਾਈਟ ਕੰਨਿਓ ਰੋਂਦੇ ਨੇ, ਇਹ ਹੁੰਦਾ ਮਤਲਬ ਇਸ ਤਰ੍ਹਾਂ ਦਾ ਹਾਲ ਸੀ। ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਨਾ ਕਿ ਬਿਜਲੀ ਅਸੀਂ ਸਰਪਲਸ ਕਰ ਦਾਂਗੇ, ਤੁਸੀਂ ਇਹ ਦੇਖ ਲਓ ਕਿ ਲੋਕਾਂ ਨੇ ਇਨਵਰਟਰ ਵਾਲਿਆਂ ਨੇ ਆਪਣੀਆਂ ਜਨਰੇਟਰਸ ਵਾਲਿਆਂ ਨੇ ਦੁਕਾਨਾਂ ਬੰਦ ਕਰਤੀਆਂ ਸੀ ਕਿ ਲਾਈਟ ਦੀ ਕਦੇ ਲੋਕਾਂ ਨੂੰ ਪ੍ਰੋਬਲਮ ਹੀ ਨਹੀਂ ਸੀ ਆਉਂਦੀ, ਪਰ ਅੱਜ ਲੋਕਾਂ ਨੂੰ ਬਿਜਲੀ ਦੀ ਇੰਨੀ ਪ੍ਰੋਬਲਮ ਹੈ ਕਿ ਤੁਸੀਂ ਪੁੱਛੋ ਹੀ ਨਾ। ਨਹੀਂ, ਤੁਸੀਂ ਬਿਜਲੀ ਦੀ ਗੱਲ ਕੀਤੀ ਹੈ, ਮੇਰੀ ਬੀਤੇ ਦਿਨੀ ਹਰਪਾਲ ਸਿੰਘ ਚੀਮਾ ਹੋਰਾਂ ਦੇ ਨਾਲ ਗੱਲਬਾਤ ਹੋ ਰਹੀ ਸੀ, ਉਹ ਕਹਿੰਦੇ ਕਿ ਅੱਜ ਜਿਹੜਾ ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਪੈਦਾ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ BJP ਸਰਕਾਰ ਵੱਲੋਂ ਜਿਹੜੇ ਬਿਜਲੀ ਦੇ ਬੇਤੁੱਕੇ ਸਮਝੌਤੇ ਕੀਤੇ ਗਏ ਸਨ ਉਸ ਕਾਰਨ ਹੋਇਆ? ਨਹੀਂ, ਜਿਹੜੇ ਨਾ ਆਪ ਵਾਲੇ ਹੈ ਇਹ ਵਿਚਾਰੇ ਇੰਨੇ ਨਵੇਂ ਨਵੇਂ ਬੰਦੇ ਹੈ, ਇਹ ਸਾਰੇ ਬੜੇ ਸਾਊ ਭੋਲੇ ਭਾਲੇ ਜਿਹੇ ਨੇ, ਇਹਨਾਂ ਦੀ ਇੱਕ ਬੀਬੀ ਵੀ ਮੈਂ ਦੇਖੀ ਹੈ, ਇਹਨਾਂ ਨੂੰ ਨਾ ਪਤਾ ਨਹੀਂ ਲੱਗਦਾ, ਭਗਵੰਤ ਮਾਨ ਜੀ ਕਈ ਵਾਰ ਜ਼ਿਆਦਾ ਡਰਿੰਕ ਕਰ ਜਾਂਦੇ ਆ, ਪਤਾ ਨਹੀਂ ਗੱਲ ਕਹਿ ਜਾਂਦੇ ਆ ਬਾਅਦ 'ਚ ਮੁੱਕਰ ਜਾਂਦੇ ਆ। ਹੁਣ ਇਹਨਾਂ ਦੀ ਇੱਕ ਬੀਬੀ ਹੈ, ਉਹ ਕਹਿੰਦੀ ਜੀ 300 ਯੂਨਿਟ ਮਾਫ ਕਰ ਗਏ, ਫਿਰ ਕਹਿੰਦੀ ਨਹੀਂ 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 ਤੁਸੀਂ ਦੱਸੋ 600 ਯੂਨਿਟ ਮਾਫ ਕਰ ਗਏ। ਉਹ ਆਪਣੇ ਬਿਆਨਾਂ ਤੇ ਹੀ ਪੱਕੇ ਨਹੀਂ ਉਹਨਾਂ ਦੀ, ਇਸ ਕਰਕੇ ਬਹੁਤ ਹੀ ਗੱਲ ਨੂੰ ਬੋਦਰ ਨਾ ਕਰਿਆ ਕਰੋ। ਉਹ ਤਾਂ ਵਿਚਾਰੇ ਹਲੇ ਨਵੇਂ ਨੇ, ਹਲੇ 20-30 ਸਾਲ ਲੋਕਾਂ ਦੀ ਸੇਵਾ ਕਰਨ, ਫਿਰ ਦੇਖਣ ਪੰਜਾਬ ਦੀ ਸਿਆਸਤ ਕੀ ਹੈ, ਫਿਰ ਕਿਤੇ ਆਮ ਆਦਮੀ ਦਾ ਨਾਮ, ਆਮ ਆਦਮੀ ਦਾ ਮਤਲਬ ਹੁੰਦਾ ਆਮ, ਉਹ ਆਮ ਹੀ ਰਹਿਣ ਤਾਂ ਠੀਕ ਹੈ, ਉਹ ਖਾਸ ਬਣਨ ਦੀ ਕੋਸ਼ਿਸ਼ ਨਾ ਕਰਨ। ਖਾਸ ਉਹ ਬਣਨਗੇ ਜਿਨ੍ਹਾਂ ਨੇ ਪੰਜਾਬ ਦੇ ਲਈ ਜੇਲ੍ਹਾਂ ਕੱਟੀਆਂ ਨੇ। 17 ਸਾਲ ਦੀ ਜੇਲ੍ਹ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ। ਆਮ ਆਦਮੀ ਪਾਰਟੀ ਅੱਜ ਕਹਿੰਦੇ 3-13 ਟੋਕਰੀ ਵਾਲੇ ਬੇਰਾਂ 'ਚ ਨੇ, ਤੇ ਐਵੇਂ ਤੁਰੇ ਫਿਰਦੇ ਨੇ, ਅੱਜ ਆ ਕੇ ਕਹਿਣ ਲੱਗ ਗਏ ਕਿ ਅਸੀਂ ਪੰਜਾਬ ਦਾ ਕੋਈ ਬੰਦਾ ਇਹਨਾਂ ਨੂੰ ਵੋਟ ਕਿਵੇਂ ਦੇ ਸਕਦਾ? ਨਹੀਂ, ਤੁਸੀਂ ਕਹਿ ਰਹੇ ਹੋ ਕਿ ਵੋਟ ਨਹੀਂ ਦੇ ਸਕਦਾ, ਪਿਛਲੀ ਵਾਰ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਡੀ ਪਾਰਟੀ ਨਾਲੋਂ ਜ਼ਿਆਦਾ ਸੀਟਾਂ ਲੈ ਕੇ ਗਈ ਸੀ ਜੀ। ਉਦੋਂ ਲੋਕਾਂ ਨੂੰ ਇਹ ਸੀਗਾ ਕਿ ਸ਼ਾਇਦ ਇਹ ਆ ਜਾਣਗੇ, ਪਤਾ ਨਹੀਂ ਕੀ ਕਰ ਦੇਣਗੇ, ਹੁਣ ਉਹਨਾਂ ਨੇ ਦਿੱਲੀ 'ਚ ਦੇਖ ਲਿਆ ਦਿੱਲੀ ਦਾ ਹਸ਼ਰ ਕੀ ਹੈ, ਲੋਕ ਇਹਨਾਂ ਨੂੰ ਛੱਡ ਗਏ, ਇਹਨਾਂ ਦੇ ਬੰਦੇ ਤਾਂ ਪਾਰਟੀਆਂ ਛੱਡ ਕੇ ਆ ਰਹੇ ਨੇ। ਨਹੀਂ, ਪਾਰਟੀਆਂ ਛੱਡ ਕੇ ਆ ਰਹੇ ਨੇ, ਪਰ ਜਿਹਨਾਂ ਵਿਕਾਸ ਦੇ ਗੱਲ ਦੀ ਤੁਸੀਂ ਕਰਦੇ ਹੋ ਉਹ ਕਾਂਗਰਸ ਦੇ ਪ੍ਰਧਾਨ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਆ ਕਿ ਬਿਜਲੀ ਸਮਝੌਤੇ ਰੱਦ ਹੋਣੇ ਚਾਹੀਦੇ ਆ, ਜਿਹੜੇ ਬੇਅਦਬੀ ਆ ਉਹ ਵੀ ਮੁੱਦਾ ਉਠਾਇਆ। ਕੱਲ੍ਹ ਵੀ ਉਹਨਾਂ ਨੇ CM ਸਾਹਿਬ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਕੇਂਦਰ ਸਰਕਾਰ ਨੇ, ਕੇਂਦਰ ਹਾਈਕਮਾਂਡ ਨੇ ਉਹਨਾਂ ਨੂੰ 18-31 ਪ੍ਰੋਗਰਾਮ ਦਿੱਤੇ ਸੀ, ਉਸ ਦੇ ਵਿੱਚ ਇੱਕ ਬੇਅਦਬੀ ਦਾ ਮੁੱਦਾ ਅਤੇ ਦੂਸਰਾ ਬਿਜਲੀ ਵਾਲਾ ਮੁੱਦਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ CM ਸਾਹਿਬ ਨੂੰ ਚਿੱਠੀ ਲਿਖੀ ਹੈ, ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਵੈਸੇ ਹਲੇ ਤੱਕ ਦੁਨੀਆ 'ਚ ਕੋਈ ਵੀ ਲੀਡਰ ਇੰਨਾ ਪਾਵਰਫੁਲ ਨਹੀਂ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਨਸਾਨ ਸਜ਼ਾ ਦਵਾ ਸਕੇ। ਉਹਨੂੰ ਤਾਂ ਰੱਬ ਹੀ ਬੜੀ ਸਜ਼ਾ ਦੇ ਦਿੰਦਾ ਹੈ। ਜਿਸ ਦੀ ਬੇਅਦਬੀ ਹੋਈ ਹੈ ਨਾ, ਜਿਸ ਦੀ ਕਹਿੰਦੇ ਨੇ, ਉਹ ਇੰਨਾ ਤਾਕਤਵਰ ਹੈ ਨਾ ਕਿ ਉਹ ਜਿਵੇਂ ਕਹਿੰਦੇ ਦਿਨ 'ਚ ਝੋਟੀਆਂ ਚੰਘਾਉਣ ਦੀ ਤਾਕਤ ਰੱਖਦਾ, ਉਹ ਕੋਈ ਵੀ ਬੰਦਾ ਅਗਰ ਉਹਨਾਂ ਨੇ ਬੇਅਦਬੀ ਕੀਤੀ ਹੈ ਉਹ ਬਖਸ਼ੇ ਨਹੀਂ ਜਾਣਗੇ। ਇਹ ਮੇਰੀ ਗੱਲ ਯਾਦ ਰੱਖਿਓ, ਕਿਸੇ ਨੂੰ ਸਜ਼ਾ ਦਵਾਉਣ ਦੀ ਜ਼ਰੂਰਤ ਨਹੀਂ ਪੈਣੀ। ਇਹ ਤਾਂ ਆਪਣਾ ਸਿਆਸੀ ਰੁਤਬਾ ਬੁਲੰਦ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਕੋਈ ਵੀ ਬੰਦਾ ਜੋ ਗੁਰਸਿੱਖ ਹੈ,
ਗੁਰਸਿੱਖ ਤਾਂ ਕੀ, ਮੁਸਲਮਾਨ ਹੈ, ਹਿੰਦੂ ਹੈ, ਕੋਈ ਵੀ ਹੈ, ਉਹ ਕਿਸੇ ਧਰਮ ਨੂੰ ਕਦੇ ਨੁਕਸਾਨ ਨਹੀਂ ਪਹੁੰਚਾਏਗਾ। ਉਹ ਇਨਸਾਨ ਨਹੀਂ ਹੁੰਦਾ ਜਿਹੜਾ ਕਿਸੇ ਧਰਮ ਦੀ ਬੇਅਦਬੀ ਕਰੇ। ਉਸਨੂੰ ਸਜ਼ਾ ਜ਼ਰੂਰ ਮਿਲੇਗੀ, ਉਸਨੂੰ ਕੋਈ ਦੇਵੇ ਜਾਂ ਨਾ ਦੇਵੇ। ਇਹ ਦੁਨੀਆ ਜਦ ਤੱਕ ਮੌਜੂਦ ਹੈ, ਜਿਹੜੇ ਲੋਕ ਅੱਜ ਇਹ ਸੁਣ ਰਹੇ ਨੇ, ਉਹ ਉਨੀ ਦੇਰ ਮਰਦੇ ਨਹੀਂ ਜਦੋਂ ਤੱਕ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ। ਜਿਸਨੇ ਵੀ ਇਹ ਗਲਤ ਕੰਮ ਕੀਤਾ ਹੈ, ਉਸਨੂੰ ਅੱਲਾ ਮੀਆਂ ਸਜ਼ਾ ਜ਼ਰੂਰ ਦਏਗਾ। ਇਸ ਲਈ ਇਨਸਾਨ ਕਿਉਂ ਇਸਦੇ ਵਾਸਤੇ, ਇਨਸਾਨ ਤਾਂ ਇਨਸਾਨ ਤੋਂ ਆਪਣੀਆਂ ਚੀਜ਼ਾਂ ਦਾ ਬਦਲਾ ਕੱਢ ਰਿਹਾ ਹੈ ਕਿ ਜਿਵੇਂ ਆਪਣੀ ਕਿਸੇ ਜੈਲਸੀ ਦਾ ਬਦਲਾ ਲੈਣਾ ਹੋਵੇ, ਏਦਾਂ ਦੀ ਗੱਲ ਹੈ। ਅਗਰ ਕਿਸੇ ਨੇ ਬੇਅਦਬੀ ਕੀਤੀ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਇਹ ਦੁਆ ਕਰਨੀ ਚਾਹੀਦੀ ਹੈ ਕਿ ਅੱਲਾ ਜਿਸਨੇ ਐਡੀ ਵੱਡੀ ਬੇਅਦਬੀ ਕੀਤੀ ਹੈ ਉਸਨੂੰ ਤੂੰ ਸਜ਼ਾ ਦੇ, ਇਹ ਟੰਟੇ ਨੂੰ ਮੁਕਾ ਜਲਦੀ। ਨਹੀਂ, ਤੁਸੀਂ ਦੱਸਿਆ ਕਿ ਟੰਟੇ ਨੂੰ ਮੰਗਾ, 2015 ਦੇ ਕਰੀਬ ਬੇਅਦਬੀ ਹੁੰਦੀ ਹੈ, 2 ਸਾਲ ਤੁਹਾਡੀ ਸਰਕਾਰ ਰਹਿੰਦੀ ਹੈ ਅਤੇ 4.5 ਸਾਲ ਕੈਪਟਨ ਸਰਕਾਰ ਨੂੰ ਹੋਵੇ। 2017 ਦੇ ਵਿੱਚ ਸੱਤਾ ਪਰਿਵਰਤਨ ਦਾ ਸਭ ਤੋਂ ਵੱਡੇ ਕਾਰਨਾਂ ਦੇ ਵਿੱਚੋਂ ਬੇਅਦਬੀ ਦਾ ਮੁੱਦਾ ਸੀ। ਲਗਾਤਾਰ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਸਿਆਸਤ ਕਰ ਰਹੀ ਹੈ, ਕਾਂਗਰਸ ਹੀ ਕਹਿੰਦੇ ਕਿ ਤੁਸੀਂ ਸਿਆਸਤ ਕਰ ਰਹੇ ਨੇ। ਹੁਣ ਤੁਸੀਂ ਦਰਸ਼ਕਾਂ ਨੂੰ ਦੱਸੋ ਕਿ ਕਿਹੜੀ ਪਾਰਟੀ ਸਿਆਸਤ ਕਰ ਰਹੀ ਹੈ? ਮੈਨੂੰ ਤਾਂ ਇੰਝ ਲੱਗਦਾ ਜੀ, ਜਿਹੜਾ ਵੀ ਸਿਆਸਤ ਕਰ ਰਿਹਾ ਉਹੀ ਨਹੀਂ ਬਖਸ਼ਿਆ ਜਾਣਾ। ਇੱਥੇ ਸਦਾ ਕੋਈ ਰਿਹਾ ਨਹੀਂ, ਸਦਾ ਕਿਸੇ ਨੇ ਰਹਿਣਾ ਨਹੀਂ। ਰਾਜ ਭਾਗ, ਪੈਸਾ, ਪਾਵਰ, ਇਹ ਸਦਾ ਕਦੇ ਕਿਸੇ ਕੋਲ ਨਹੀਂ ਰਹੇ। ਜਿਸਨੇ ਵੀ ਕਿਤੇ ਕੋਈ ਨੁਕਸਾਨ, ਗਲਤ ਕੰਮ ਕੀਤਾ, ਉਸ ਇਨਸਾਨ ਨੂੰ ਰੱਬ ਸਜ਼ਾ ਜ਼ਰੂਰ ਦੇਵੇ। ਇਹ ਮੇਰੀ ਦਿਲੀ ਉਸ ਮਾਲਕ ਅੱਗੇ ਫਰਿਆਦ ਹੈ ਕਿ ਜੋ ਕਿਸੇ ਵੀ ਧਰਮ ਨੂੰ ਨੁਕਸਾਨ ਪਹੁੰਚਾਉਂਦਾ, ਇਹ ਮਾਲਕ ਉਸ ਇਨਸਾਨ ਨੂੰ ਉਸ ਹਸ਼ਰ ਤੱਕ ਲੈ ਜੀ ਜਿਸ ਹਸ਼ਰ ਬਾਰੇ ਉਹਨੇ ਕਦੇ ਸੋਚਿਆ ਵੀ ਨਾ ਹੋਵੇ। ਅੱਛਾ, ਤੁਸੀਂ ਦੱਸਿਆ ਕਿ ਹਸ਼ਰ ਤੱਕ ਲੈ ਜੇ, ਤੁਹਾਡੀ ਪਾਰਟੀ ਦੀ ਬਿਆਨਬਾਜ਼ੀ ਹਮੇਸ਼ਾ ਇਸ ਤਰ੍ਹਾਂ ਦੀ ਰਹਿੰਦੀ ਹੈ, ਪਰ ਤੁਹਾਨੂੰ ਕੀ ਲੱਗਦਾ ਜਦ ਗ੍ਰਹਿ ਮੰਤਰਾਲਾ ਸੁਖਬੀਰ ਸਿੰਘ ਬਾਦਲ ਹੋਰਾਂ ਕੋਲ ਸੀ ਜਦੋਂ ਇਹ ਮਾਮਲਾ? ਤੁਹਾਡਾ ਦਿਲ ਕਹਿੰਦਾ, ਮੈਂ ਤੁਹਾਨੂੰ ਇੱਕ ਤੁਹਾਡਾ ਦਿਲ ਕਹਿੰਦਾ ਕਿ ਕੋਈ ਸਿੱਖ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਸਾਹਿਬ ਐਡਾ ਵੱਡਾ ਕਦਮ ਕਰ ਸਕਦੇ ਨੇ? ਨਹੀਂ, ਮੇਰਾ ਦਿਲ ਕਹਿਣ ਵੀ ਇਹ ਕਿਸੇ ਨੇ ਕਹਿਤਾ, ਦੇਖੋ ਇੰਨੀ ਵੱਡੀ ਗੱਲ, ਇਸ ਗੱਲ ਨੂੰ ਕਿੰਨਾ ਉਛਾਲਿਆ ਜਾਂਦਾ। ਇਹ ਸਿਆਸਤ ਨਹੀਂ ਹੋ ਰਹੀ ਤਾਂ ਕੀ ਹੈ ਕਿ ਇੱਕ ਦਸ਼ਮ ਪਿਤਾ ਕਿ ਲਾਸਾਨੀ ਕੁਰਬਾਨੀ ਦੇ ਮਾਲਿਕ, ਮੈਂ ਕਹਿੰਦੀ ਹਾਂ ਤੇਰੇ ਲਈ ਉਪਮਾ, ਤੇਰੀ ਲਈ ਇੱਕ ਜਵਾਨ ਬੜੀ ਥੋੜੀ ਹੈ, ਸਰੀਰ ਦੇ ਰੋਮ ਰੋਮ ਨੂੰ ਜਵਾਨ ਦਿੱਤੀ ਹੋਵੇ, ਤੇਰੀ ਉਪਮਾ ਪੂਰੀ ਨਹੀਂ ਹੋ ਸਕਦੀ। ਮੈਂ ਤਾਂ ਮੁਸਲਮਾਨ ਹਾਂ ਤੇ ਤੁਸੀਂ ਕਹਿੰਦੇ ਹੋ ਸਿੱਖ ਹੋ ਕੇ ਉਹ ਕਦੇ ਐਸਾ ਕੰਮ ਕਰਨ ਦੇ ਵਾਸਤੇ ਇੰਨੀ ਜੁਰਤ, ਇੰਨੀ ਹਿੰਮਤ? ਹਸਤੀਆਂ ਮਿਟ ਜਾਂਦੀਆਂ ਨੇ, ਖਾਨਦਾਨ ਮਿਟ ਜਾਂਦੇ ਨੇ ਕਿ ਜੋ ਗੁਰੂ ਸਾਹਿਬ ਦੇ ਅੱਗੇ ਦੀ ਕੋਈ ਸ਼ਬਦ ਮਾੜਾ ਉੱਚਾ ਨੀਵਾਂ ਬੋਲ ਕੇ ਲੰਘ ਜਾਵੇ ਤੇ ਤੁਸੀਂ ਐਡੀ ਵੱਡੀ ਗੱਲ ਕਰਦੇ ਹੋ। ਖਤਮ ਹੋ ਜਾਣਗੇ ਖਾਨਦਾਨਾਂ ਦੇ ਖਾਨਦਾਨ ਕਿ ਜਿਸਨੇ ਗੁਰੂ ਸਾਹਿਬ ਦੇ ਲਈ ਸੋਚਿਆ ਵੀ ਹੋਊਗਾ। ਅੱਛਾ ਮਨਜੂ ਜੀ, ਮੇਰਾ ਲਾਸਟ ਸਵਾਲ ਹੈ ਇਸ ਦੇ ਵਿੱਚ, ਜੇਕਰ ਤੁਹਾਨੂੰ ਮਲੇਰਕੋਟਲੇ ਤੋਂ ਟਿਕਟ ਮਿਲਦੀ ਹੈ ਤਾਂ ਤੁਸੀਂ ਕਿਹਨਾਂ ਮੁੱਦਿਆਂ ਨੂੰ ਲੈ ਕੇ ਮਲੇਰਕੋਟਲਾ ਵਾਸੀਆਂ ਦੇ ਜਿਹੜੇ ਦਰਵਾਜ਼ਿਆਂ ਤੱਕ ਪਹੁੰਚੋਗੇ ਅਤੇ ਨਾਲ ਦੀ ਨਾਲ ਕਿਹਨਾਂ ਮੁੱਦਿਆਂ ਨੂੰ ਲੈ ਕੇ ਤੁਹਾਡੀ ਪਾਰਟੀ ਪੰਜਾਬ ਦੇ ਵਿੱਚ ਉਤਰੇਗੀ? ਕਿਉਂਕਿ ਵਾਅਦੇ ਤਾਂ ਕੈਪਟਨ ਸਰਕਾਰ ਵੱਲੋਂ ਵੀ ਕੀਤੇ ਗਏ ਸਨ ਅਤੇ ਤੁਹਾਡੀ ਜਦੋਂ ਪਾਰਟੀ ਸੱਤਾ ਦੇ ਵਿੱਚ ਸੀ ਉਸ 'ਤੇ ਵੀ ਕਿਹਾ ਜਾਂਦਾ ਕਿ ਬਹੁਤ ਸਾਰੇ ਵਾਅਦੇ ਹੀ ਕੀਤੇ ਗਏ ਸੀ, ਉਹਨਾਂ ਦਾ ਗਰਾਊਂਡ ਲੈਵਲ 'ਤੇ ਕੁਝ ਵੀ ਸੱਚ ਨਹੀਂ ਸੀ। ਤੁਸੀਂ ਇਸ ਵਾਰ ਕੀ ਅਜਿਹਾ ਨਵਾਂ ਕਰੋਗੇ ਕਿ ਤੁਹਾਡੇ 'ਤੇ ਲੋਕ, ਪੰਜਾਬ ਵਾਸੀ ਅਤੇ ਮਲੇਰਕੋਟਲਾ ਦੇ ਵਾਸੀ ਤੁਹਾਡੇ 'ਤੇ ਯਕੀਨ ਕਰ ਲੈਣ? ਪਹਿਲੀ ਗੱਲ ਤਾਂ ਕੋਈ ਵੀ ਬੰਦਾ ਜਦੋਂ ਚਾਹੁੰਦਾ ਮੇਰੇ ਕੋਲ ਇਹ ਲੀਡਰ ਆਵੇ ਤਾਂ ਪਹਿਲਾਂ ਤਾਂ ਖੁਦ ਇਸ ਕਾਬਿਲ ਹੋਵੇ ਕਿ ਜਿਹੜਾ ਲੀਡਰ ਚੁਣ ਰਿਹਾ ਨਿਰਪੱਖ ਹੋ ਕੇ ਦੁਸ਼ਮਣ ਦੇ ਸਾਹਮਣੇ ਖੜ ਕੇ ਜੋ ਬਹਾਦਰੀ ਦੀ ਗੱਲ ਕਰ ਸਕੇ ਉਹ ਇਨਸਾਨ ਹੈ। ਲੀਡਰ ਮੁੱਦੇ ਲਿਆਵੇ, ਲੀਡਰ ਮੁੱਦੇ ਲੈ ਕੇ ਆਵੇ, ਇਹ ਲੀਡਰ ਤੋਂ ਉਮੀਦ ਉਪੇਕਸ਼ਾ ਕਿਉਂ ਰੱਖਦੇ ਹੋ? ਤੁਸੀਂ ਖੁਦ ਕਿਉਂ ਨੀ ਲੀਡਰ ਨੂੰ ਐਸੇ ਨੂੰ ਪੈਦਾ ਕਰ ਲੈਂਦੇ ਕਿ ਜਿਹੜਾ ਤੁਹਾਡੀ ਕਸਵੱਟੀ ਤੇ ਖਰਾ ਉਤਰੇ? ਕਦੋਂ ਕੋਈ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦਾ ਸੀ ਸਾਡੇ ਲਈ ਇਹ ਕਰੀ? ਉਹਨਾਂ ਦੇ ਅੰਦਰ ਜਜ਼ਬਾ ਸੀ, ਉਹਨਾਂ ਨੇ ਕਿਸਾਨਾਂ ਲਈ, ਮਸੀਹਾ ਕਹਿੰਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨਾਂ ਦਾ, ਕਿਸ ਗੱਲ ਕਰਕੇ ਕਹਿੰਦੇ ਨੇ ਜੇਲ੍ਹਾਂ ਕੱਟੀਆਂ? ਇਸੇ ਤਰ੍ਹਾਂ ਜਿਹੜਾ ਲੀਡਰ ਮੇਰੇ ਕੋਲ ਜਾਊਗਾ ਉਹ ਲੜਕੀਆਂ ਦੀ ਐਜੂਕੇਸ਼ਨ ਲਈ ਸੋਚੂਗਾ। ਉੱਥੇ ਦੀ ਗੁੰਡਾਗਰਦੀ ਦੀ ਜਿਹੜੀ ਗੱਲ ਕੈਪਟਨ ਸਾਹਿਬ ਕਹਿ ਕੇ ਆਏ ਨੇ ਉੱਥੇ ਕਿ ਮਲੇਰਕੋਟਲਾ 'ਚ ਗੁੰਡਾਗਰਦੀ ਬਹੁਤ ਹੁੰਦੀ ਹੈ, ਉਸ ਚੀਜ਼ ਨੂੰ ਸੱਚਾਈ ਵੱਲ ਦੇਖਣ ਦੀ ਕੋਸ਼ਿਸ਼ ਕਰੂਗਾ ਕਿ ਵਾਕਈ ਗੁੰਡਾਗਰਦੀ ਹੈ, ਅਗਰ ਹੈ ਤਾਂ ਇਹਨੂੰ ਕਿਵੇਂ ਖਤਮ ਕਰਨਾ ਹੈ, ਅਗਰ ਨਹੀਂ ਹੈ ਇਹ ਇੱਕ ਸਟੰਟ ਹੈ, ਇੱਕ ਪੋਲੀਟੀਕਲ ਪੁਆਇੰਟ ਹੈ, ਉਸ ਦੇ ਹਿਸਾਬ ਨਾਲ ਨਜਾਇਜ਼ ਲੋਕਾਂ ਨੂੰ ਤਾਂ ਨਹੀਂ ਫਸਾਇਆ ਜਾ ਰਿਹਾ, ਇਸ ਪੁਆਇੰਟ 'ਤੇ ਸੋਚੂਗਾ। ਸੈਕਿੰਡਲੀ ਮਲੇਰਕੋਟਲਾ ਦੇ ਲੋਕਾਂ ਨੂੰ ਅਪੀਲ ਕਰੂਗਾ ਕਿ ਤੁਸੀਂ ਓਲੰਪਿਕ 1900 ਮੇਰਾ ਖਿਆਲ ਹੈ 47 ਤੋਂ ਸਾਡਾ ਦੇਸ਼ ਆਜ਼ਾਦ ਹੋਇਆ, ਇੱਕ ਵੀ ਬੰਦਾ ਅੱਜ ਤੱਕ ਓਲੰਪਿਕ 'ਚ ਮਲੇਰਕੋਟਲਾ ਤੋਂ ਨਹੀਂ ਗਿਆ। ਅੱਜ ਚੀਨ, ਅੱਜ ਦੂਜੇ ਮੁਲਕ ਜਿਨ੍ਹਾਂ ਦੀਆਂ, ਅਚੀਨ ਤਾਂ ਸਾਤੋਂ ਆਬਾਦੀ 'ਚ ਬਹੁਤ ਅੱਗੇ ਹੈ ਮੰਨਿਆ, ਤੇ ਜਿਹੜੇ ਮੁਲਕ ਸਾਤੋਂ ਆਬਾਦੀ 'ਚ ਵੀ ਘੱਟ ਨੇ ਉਹ ਲੋਕ ਇੰਨੇ ਇੰਨੇ ਮੈਡਲ ਰਹਿ ਰਹੇ ਨੇ, ਔਰ ਸਾਡਾ ਹਿੰਦੁਸਤਾਨ ਅੱਜ ਕਿੱਥੇ ਹੈ, ਕਿੱਥੇ ਖੜਾ ਹੈ, ਕਿਉਂ ਖੜਾ ਹੈ, ਉਹ ਕਿਹੜੀਆਂ ਪ੍ਰੋਬਲਮਸ ਨੇ, ਉਹਨਾਂ ਨੂੰ ਸੋਲਵ ਸਾਡੀਆਂ ਸਰਕਾਰਾਂ ਕਿਉਂ ਨਹੀਂ ਕਰਦੀਆਂ? ਜਿਹੜਾ ਬੱਚਾ ਸਾਡਾ ਪੰਜਾਬ 'ਚ ਜਿੱਤ ਕੇ ਆਉਂਦਾ ਉਹ ਆਪਣੀ ਡਾਇਟ ਲਈ ਰੋਈ ਜਾਂਦਾ,
ਕਿ ਮੇਰੇ ਕੋਲ ਤਾਂ ਜੀ ਡਾਈਟ ਨਹੀਂ ਹੈ ਜੀ, ਜੇ ਡਾਈਟ ਹੈ ਤਾਂ ਡਰੈਸ ਨਹੀਂ ਹੈ, ਕਿਸ ਰਿਸ਼ਤੇਦਾਰ ਦੇ ਅੱਗੇ ਜਾ ਕੇ ਝੁਕੇ ਮੰਗੇ, ਕਿੰਨੀ ਵਾਰ ਮੰਗੇ, ਅਗਰ ਉਹਨਾਂ ਨੂੰ ਪੂਰੀਆਂ ਫੈਸਿਲਿਟੀਜ਼ ਮਿਲਣ, ਜਿਸ ਪੱਧਰ ਤੋਂ ਸਪੋਰਟਸ ਸ਼ੁਰੂ ਕੀਤੀ ਉਸ ਪੱਧਰ ਤੋਂ ਪ੍ਰੋਪਰਲੀ ਡਾਈਟ ਮਿਲੇ, ਤਾਂ ਅੱਜ ਓਲੰਪਿਕ 'ਚ ਇਹ ਹਾਲ ਹੋਵੇ ਸਾਡੇ ਦੇਸ਼ ਦਾ ਕਿ ਅਸੀਂ ਇੱਕ ਇੱਕ ਮੈਡਲ ਨੂੰ ਆਏ ਟੀਵੀ 'ਤੇ ਨਿਗਾਹ ਲਾ ਕੇ ਦੇਖੀਏ ਕਿ ਸ਼ਾਇਦ ਆ ਜਾਵੇ, ਇੱਕ ਆ ਗਿਆ 10 ਦਿਨ ਫਿਰ ਅਸੀਂ ਦੇਖਦੇ ਰਹਿੰਦੇ ਹਾਂ, ਫਿਰ ਇੱਕ ਆ ਗਿਆ 10 ਦਿਨ ਦੇਖਦੇ ਰਹਿੰਦੇ ਹਾਂ, ਤੇ ਉਹਨਾਂ ਦੇ ਤੁਸੀਂ ਦੇਖੋ ਬੋਰਡ ਦੇ ਉੱਤੇ ਆਏ ਦੂਜੇ ਭਰੇ ਹੋਏ ਨੇ ਮੈਡਲ ਹੀ ਮੈਡਲ, ਤੇ ਸਾਡੇ ਕਿਤੇ ਚੁਣ ਕੇ ਦੇਖੀਏ ਦੋਵੇਂ ਚਾਰ ਕਿੰਨੇ, ਅੱਛਾ ਇੱਕ ਲੇਡੀ ਲੈ ਗਈ ਅਕੇਲੇ, ਇਹ ਕਹਾਣੀ ਕਿਉਂ ਦੁਹਰਾਈ ਜਾ ਰਹੀ ਹੈ? ਕਿੱਥੇ ਹੈ ਸਾਡਾ ਦੇਸ਼, ਮਹਾਨ ਦੇਸ਼, ਸੋਨੇ ਦੀ ਚਿੜੀ ਦੇਸ਼, ਕਿ ਜਿਹੜਾ ਦੁਨੀਆਂ ਨੂੰ ਸਬਕ ਸਿਖਾ ਦੇਵੇ, ਅੰਗਰੇਜ਼ਾਂ ਨੂੰ ਦੇਸ਼ 'ਚੋਂ ਕੱਢਣ ਦੀ ਤਾਕਤ ਰੱਖੇ? ਇਸ ਕਰਕੇ ਮੋਦੀ ਸਾਹਿਬ ਤੁਹਾਨੂੰ ਰਿਕੁਐਸਟ ਕਰਦੇ ਹਾਂ, ਛੱਡ ਦਿਓ ਇਹਨਾਂ ਕਿਸਾਨਾਂ ਨੂੰ ਸਤਾਉਣਾ, ਇਹਨਾਂ ਦੀ ਤਾਕਤ ਦੇ ਨਾਲ ਹਿੰਦੁਸਤਾਨ ਜ਼ਿੰਦਾ ਦਿਲ ਬਣ ਕੇ ਦੁਨੀਆ 'ਚ ਰਾਜ ਕਰ ਰਿਹਾ, ਅਗਰ ਇਹ ਕਿਸਾਨ ਦੁਖੀ ਹੋ ਗਿਆ ਨਾ ਹਿੰਦੁਸਤਾਨ 'ਚ ਬਚਣਾ ਕੁਛ ਨਹੀਂ। ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਮੋਦੀ ਸਾਹਿਬ, ਪਿਤਾ ਸਮਾਨ ਹੋ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਕਿਸਾਨ ਭੁੱਖ ਪਿਆਸ ਨਾਲ ਲੜ ਰਿਹਾ, ਅੱਜ ਜਾ ਕੇ ਤੇਰੀਆਂ ਬਰੂਹਾਂ 'ਤੇ ਬੈਠਾ, ਤੂੰ ਰਾਜਾ ਹੈ, ਉਹ ਤੇਰੀ ਪ੍ਰਜਾ ਹੈ, ਉਸ ਤੋਂ ਬਿਨਾਂ ਤੂੰ ਰਾਜਾ ਨਹੀਂ ਰਹੇਗਾ। ਤੁਸੀਂ ਕਹਿੰਦੇ ਹੋ ਕਿਸਾਨਾਂ ਦੀ ਪਾਰਲੀਮੈਂਟ ਕੀ ਹੈ, ਇਹ ਤੈਨੂੰ ਤੇਰੀਆਂ ਚੋਣਾਂ 'ਚ ਸਬਕ ਸਿਖਾਉਣਗੇ, ਤੇਰੀ ਸਰਕਾਰ ਦੁਆਰਾ ਬਣਨ ਨਹੀਂ ਦੇਣਗੇ, ਮੇਰਾ ਚੈਲੰਜ ਹੈ, ਕਿਉਂਕਿ ਚੂੰਕਾ ਰਾਜ ਹਮਾਹੀਲ ਤੇ ਦਰਗੁਜ਼ਸ਼ਤ, ਹਲਾਲ ਅਸਤ ਬੁਰਦਨ ਵਸ਼ਮਸ਼ੀਰ ਦਸਤ, ਇਹ ਉਹ ਨੇ ਕਿ ਜਿਹੜੇ ਤੱਤੀਆਂ ਤਵੀਆਂ 'ਤੇ ਬੈਠ ਜਾਂਦੇ ਨੇ, ਇਹ ਉਹ ਨੇ ਕਿ ਜਿਹੜੇ ਆਪਣੇ ਬੱਚਿਆਂ ਦੇ ਕਾਲਜੇ ਕਢਵਾ ਕੇ ਆਪਣੇ ਮੂੰਹਾਂ 'ਚ ਪਵਾ ਲੈਂਦੇ ਨੇ, ਇਹ ਉਹ ਨੇ ਜੋ ਚਰਖੀਆਂ 'ਤੇ ਚੜ ਜਾਂਦੇ ਨੇ, ਸਿਰ ਕਟਾ ਲੈਂਦੇ ਨੇ, ਇਹ ਕਹਿੰਦੇ ਨੇ ਕਿ ਜੋ ਤੋ ਪ੍ਰੇਮ ਖੇਡਣ ਕਾ ਚਾਹੋ, ਸਿਰ ਤਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ, ਇਹਨਾਂ ਦੇ ਅੱਗੇ ਮੌਤ ਡਰਦੀ ਹੈ, ਮਜਬੂਰੀ ਦੀ ਗਿੱਚੀ 'ਤੇ ਇਹ ਪੈਰ ਰੱਖ ਲੈਂਦੇ ਨੇ। ਐਸੇ ਜ਼ਿੰਦਾ ਦੇ ਲੋਕ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਾਸਤੇ 80% ਤੋਂ ਜ਼ਿਆਦਾ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਹੋਣ, ਉਹ ਦੇਸ਼ ਭਗਤ ਨੇ, ਉਹ ਜ਼ਿੰਦਾ ਦਿਲ ਨੇ, ਉਹ ਰੰਗੀਲੇ ਨੇ, ਉਹ ਜਾਨ ਵਾਰਦੇ ਨੇ, ਮੁਹੱਬਤ ਕਰਦੇ ਨੇ, ਐਸੇ ਕਿਸਾਨਾਂ ਦੇ ਹੱਕਾਂ ਦੇ ਵਾਸਤੇ ਮੇਰੇ ਖੂਨ ਦਾ ਕਤਰਾ ਕਤਰਾ ਸਮਰਪਿਤ ਹੈ। ਹਰ ਚੀਜ਼ ਤੋਂ ਉੱਪਰ ਉੱਠ ਕੇ ਮੋਦੀ ਸਾਹਿਬ ਅਪੀਲ ਕਰਦੇ ਹਾਂ, ਕਿਸੇ ਨੂੰ ਇੰਨਾ ਨਾ ਸਤਾਓ ਕਿ ਉਸਦੇ ਅੰਦਰੋਂ ਮੌਤ ਦਾ ਖੌਫ ਔਰ ਡਰ ਖਤਮ ਹੋ ਜਾਏ। ਅੱਛਾ ਮਨਜੋ ਜੀ, ਤੁਸੀਂ ਵਾਰ-ਵਾਰ ਜ਼ਿਕਰ ਕੀਤਾ ਕਿ ਵੱਡੇ ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਰਹੇ, ਉਹਨਾਂ ਨੇ ਵਿਕਾਸ ਕੀਤਾ, ਅਤੇ ਇੱਕ ਪਾਸੇ ਤੁਸੀਂ ਗੱਲ ਕਰ ਰਹੇ ਹੋ ਕਿ ਅੱਜ ਜਿਹੜੇ ਮਲੇਰਕੋਟਲਾ ਦਾ ਕੋਈ ਵੀ ਜਿਹੜਾ ਖਿਡਾਰੀ ਓਲੰਪਿਕ ਦੇ ਵਿੱਚ ਨਹੀਂ ਜਾ ਸਕਿਆ, ਅਤੇ ਪੰਜਾਬ ਤੋਂ ਵਿੱਚ ਵੀ ਬਹੁਤ ਘੱਟ ਜਿਹੜੇ ਖਿਡਾਰੀ ਨੇ ਵੱਡੇ ਪੱਧਰ 'ਤੇ ਜਾ ਰਹੇ ਨੇ ਅੱਜ ਅਜੋਕੇ ਦੌਰ ਦੇ ਵਿੱਚ, ਤਾਂ ਫਿਰ ਮੁੱਖ ਮੰਤਰੀ ਦਾ ਵਿਕਾਸ ਘੱਟ ਰਹਿ ਗਿਆ ਜਾਂ ਫਿਰ ਹੋਰਨਾਂ ਸਰਕਾਰਾਂ ਦੇ ਲੋਕਾਂ ਦਾ ਜਜ਼ਬਾ ਘੱਟ ਰਹਿ ਗਿਆ? ਨਹੀਂ, ਸਰਕਾਰ ਦੇ ਵੀ ਜ਼ਿੰਮੇ ਲੋਕਾਂ ਦਾ, ਸਰਕਾਰ ਕਿਸੇ ਦੇ ਅੰਦਰ ਘੋਲ ਕੇ ਕੈਪਸੂਲ ਨਾਲ ਨਹੀਂ ਪਾ ਸਕਦੀ ਕਿ ਤੂੰ ਓਲੰਪਿਕ 'ਚ ਖੇਡਣ ਜਾ। ਸਰਕਾਰ ਕਹਿ ਸਕਦੀ ਤੂੰ ਓਲੰਪਿਕ 'ਚੋਂ ਖੇਡ ਕੇ ਆਇਆ, ਮੇਰੇ ਲਈ ਦੱਸ ਕੀ ਕਰਾਂ? ਜਿਹੜੀਆਂ ਸਹੂਲਤਾਂ ਨੇ ਉਹ ਤਾਂ ਸਰਕਾਰ ਨੇ ਮੁਹੱਈਆ ਕਰਾਉਣੀਆਂ ਹੁੰਦੀਆਂ, ਪਹਿਲਾਂ ਸਪੋਰਟਸਮੈਨ ਨਿਕਲਣ, ਉਹ ਚੀਜ਼ ਅਸੀਂ ਪੈਦਾ ਹੀ ਤਾਂ ਕਰ ਰਹੇ ਹਾਂ। ਜਿਹੜੇ ਸਪੋਰਟਸਮੈਨ ਨੇ ਉਹ ਕਹਿੰਦੇ ਆ ਕਿ ਹਰਿਆਣਾ ਦੇ ਵਿੱਚ ਸਾਨੂੰ ਜ਼ਿਆਦਾ ਸੁਵਿਧਾ ਮਿਲਦੀਆਂ ਨੇ, ਪੰਜਾਬ ਦੇ ਬਹੁਤ ਸਾਰੇ ਜਿਹੜੇ ਖਿਡਾਰੀ ਨੇ ਉਹ ਹਰਿਆਣੇ ਵੱਲੋਂ ਖੇਡ ਰਹੇ ਆ। ਉਹਨਾਂ ਲੋਕਾਂ ਨੂੰ ਹੀ ਤਾਂ ਕਹਿ ਰਹੇ ਹਾਂ ਕਿ ਜਦੋਂ ਤੁਸੀਂ ਚੁਣਦੇ ਹੋ ਆਪਣੀ ਡਿਮਾਂਡਸ ਰੱਖੋ, ਤੁਹਾਡਾ ਜਿਹੜਾ ਸਪੋਰਟਸ ਮਿਨਿਸਟਰ ਹੈ ਉਹਨੂੰ ਜਾ ਕੇ ਮਿਲੋ। ਅੱਜ ਜੇ ਤੁਸੀਂ ਪਿਛਲੀਆਂ ਕਮੀਆਂ ਕੱਢਦੇ ਰਹੇ, ਆਉਣ ਵਾਲੇ ਸਮੇਂ 'ਚ ਕਮੀਆਂ ਕੱਢਣ 'ਚ ਸਮਾਂ ਗਵਾ ਦੇਣਾ। 5 ਸਾਲ ਬਾਅਦ ਦੁਬਾਰਾ ਓਲੰਪਿਕ ਆਉਣੀ ਹੈ, 5 ਸਾਲ ਲਈ ਜਿਹੜੀ ਤਿਆਰੀ ਕਰਨੀ ਹੈ ਉਹਦੇ ਲਈ ਪਲੈਨਿੰਗ ਕਰੋ। ਅਸੀਂ ਆਪਣਾ ਚੋਣ ਮੈਨੀਫੈਸਟੋ ਹਾਲੇ ਬਣਾ ਰਹੇ ਹਾਂ, ਹੋ ਸਕਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਪੋਰਟਸ ਦੇ ਵਾਸਤੇ ਕੀ ਕਹਿ ਦੇਣ, ਕੀ ਕਰ ਦੇਣ। ਕਿੰਨੇ ਬੱਚੇ ਪੁਲਿਸ 'ਚ ਭਰਤੀ ਕੀਤੇ, ਕਿਹਨੇ ਕੀਤੇ? ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੇ। ਅੱਜ ਦੀ ਕੜੀ, ਚਾਹੇ ਤੁਸੀਂ ਕਿਸੇ ਪਾਰਟੀ ਨਾਲ, ਚਾਹੇ ਤੁਸੀਂ ਕਿਸੇ ਰਾਜਨੀਤਿਕ ਲੀਡਰ ਨਾਲ ਮਿਲਾ ਲਓ, ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਨਾ ਇੱਕ ਵੀ ਲੀਡਰ ਵਰਕ ਨਹੀਂ ਕਰ ਸਕਦਾ। ਕੋਈ ਆਮ ਬੰਦਾ ਜਾ ਕੇ ਉਹਨਾਂ ਨੂੰ ਮਿਲ ਲਓ, ਦਰਵਾਜ਼ੇ ਖੁੱਲ੍ਹੇ ਨੇ, ਇੱਕ ਆਮ ਆਦਮੀ ਦੀ ਤਰ੍ਹਾਂ ਤੁਹਾਡੇ ਨਾਲ ਗੱਲ ਕਰਦੇ ਨੇ, ਕੋਲ ਬੈਠ ਕੇ ਇਹ ਨਹੀਂ ਮਹਿਸੂਸ ਹੋਊਗਾ ਕਿ ਇਹ ਆਉਣ ਵਾਲਾ ਪੰਜਾਬ ਦਾ CM ਹੈ। ਲੀਡਰ ਉਹ ਹੁੰਦਾ ਜਿਹੜਾ ਲਾ ਕੇ ਹੱਥਾਂ ਨੂੰ ਥੁੱਕ ਕਹੇ ਵੀ ਬਾਹਰੋਂ ਮੈਂ ਚੱਕ ਦੂੰ ਮੈਂ ਫੱਟੇ। ਆ ਲੀਡਰ ਇੱਕ ਠਹਿਰਾਵ ਹੁੰਦਾ, ਇੱਕ ਤਹਿਜ਼ੀਬ ਹੁੰਦੀ ਹੈ, ਇੱਕ ਪੇਸ਼ੈਂਸ ਹੁੰਦੀ ਹੈ, ਇੱਕ ਲਿਆਕਤ ਹੁੰਦੀ ਹੈ। ਲੀਡਰ ਦਾ ਦੂਸਰਿਆਂ ਨੂੰ ਨਾਲ ਜੋੜਨ ਦਾ ਨਾਮ ਲੀਡਰ ਹੈ। ਇਹ ਥੋੜਾ ਕਿ ਜਿਹੜਾ ਲੀਡ ਹੀ ਨਹੀਂ ਕਰਦਾ, ਲੀਡਰ ਕਾਹਦਾ? MLA ਬਣਨ ਨਾਲ ਲੀਡਰ ਥੋੜਾ ਹੋ ਤੁਸੀਂ? ਪਬਲਿਕ ਦੇ ਦੀਵਾਨੇ ਤੁਹਾਡੀ ਕਿੰਨੀ ਹੈ? ਪਬਲਿਕ ਤੁਹਾਨੂੰ ਕਿੰਨਾ ਚਾਹੁੰਦੀ ਹੈ, ਕਿੰਨਾ ਪਿਆਰ ਕਰਦੀ ਹੈ, ਉਹਦੇ ਨਾਲ ਤੁਸੀਂ ਲੀਡਰ ਹੋ। ਅੱਛਾ, ਤੁਸੀਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਗੱਲ ਕੀਤੀ ਹੈ। ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਆ ਕਿ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਣੀਆਂ ਨੇ, ਉਸ ਤੋਂ ਪਹਿਲਾਂ ਜਿੰਨੀਆਂ ਵੀ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ,
ਪਹਿਲਾਂ ਤੁਸੀਂ ਬੀਜੇਪੀ ਦੇ ਨਾਲ ਰਹੇ ਅਤੇ ਹੁਣ ਤੁਸੀਂ ਖੇਤਰੀ ਪਾਰਟੀ ਨੂੰ ਉਹਨਾਂ ਦੇ ਵਿਰੁੱਧ ਇਕੱਠਾ ਕਰਦੇ ਫਿਰ ਰਹੇ ਹੋ ਇਹ ਕੀ ਚੱਕਰ ਹੈ? ਇਹ ਚੱਕਰ ਹੈ ਜੀ ਕਿ 50,000 ਤੋਂ ਜ਼ਿਆਦਾ ਫਾਈਲਾਂ ਤਲਾਕ ਵਾਸਤੇ ਪਈਆਂ ਨੇ ਕੋਰਟਾਂ ਦੇ ਵਿੱਚ ਜੀ। ਉਹ ਵਿਆਹ ਹੁੰਦਾ, ਪਹਿਲਾਂ 7 ਫੇਰੇ ਹੁੰਦੇ ਨੇ, ਨਿਕਾਹ ਹੁੰਦਾ, ਬਾਅਦ 'ਚ ਤਲਾਕ ਮੰਗਦੇ ਨੇ। ਕਿਉਂ ਮੰਗਦੇ ਨੇ? ਆਪਸ ਦੀ ਅੰਡਰਸਟੈਂਡਿੰਗ ਦੇ ਵਿੱਚ ਫਰਕ ਆ ਜਾਂਦਾ। ਜਿਹੜੀ ਪਾਰਟੀ ਨਾਲ ਸਮਝੌਤਾ ਕੀਤਾ ਸੀ, ਉਸ ਪਾਰਟੀ ਨੂੰ ਜਦੋਂ ਸਪੋਰਟ ਕੀਤੀ ਸੀ ਨਾ, ਵਿਦਆਊਟ ਐਨੀ ਕੰਡੀਸ਼ਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵਾਜਪਾਈ ਸਾਹਿਬ ਦੀ ਸਪੋਰਟ ਕੀਤੀ ਸੀ, ਤੇ ਅੱਜ ਉਹਨਾਂ ਨੇ ਜਦੋਂ ਕਿਹਾ ਕਿ ਸਾਡੇ ਕਿਸਾਨ ਦੁਖੀ ਨੇ, ਇਹਨਾਂ ਦੀ ਮਦਦ ਕਰੋ, ਇਹਨਾਂ ਦੀਆਂ ਮੰਗਾਂ ਮੰਨੋ, 3 ਕਾਲੇ ਕਾਨੂੰਨ ਵਾਪਸ ਲਾਓ, ਉਹਨਾਂ ਨੇ ਨਹੀਂ ਮੰਨਿਆ ਤਾਂ ਉਹਨਾਂ ਨਾਲ ਸਮਝੌਤਾ ਟੁੱਟ ਗਿਆ। ਕਿ ਹਲੇ ਵੀ ਕਹਿਣ ਤੁਹਾਡੇ ਨਾਲ ਸਮਝੌਤਾ ਰੱਖਦੇ ਹਾਂ, ਫਿਰ ਮਤਲਬ ਕਿ ਤੁਸੀਂ ਕਹੋਗੇ, ਉਹ ਤੁਸੀਂ ਕਹਿੰਦੇ ਨੇ ਕਿ ਸੁਖਵੀਰ ਬਾਦਲ ਤੇਰੀ ਕਿਆ ਬਾਤ ਹੈ, ਉਹਦੀ ਪਿੱਠ ਥਪਥਪਾਓ, ਉਹਨਾਂ ਨੂੰ ਹੌਸਲਾ ਦਿਓ, ਹਿੰਮਤ ਦਿਓ ਕਿ ਵੈਰੀ ਗੁੱਡ, ਜਿਹੜਾ ਬੰਦਾ ਗਲਤ ਕਰ ਰਿਹਾ ਸੀ ਉਹਨੂੰ ਸਜ਼ਾ ਦੇ ਕੇ ਕਹਿਤਾ ਕਿ ਮੈਂ ਤੇਰੇ ਨਾਲ ਆਪਣਾ ਕੋਈ ਸਾਥ ਨਹੀਂ ਰੱਖਣਾ। ਗੱਲ ਖਤਮ ਹੋ ਗਈ। ਦੂਜੀਆਂ ਪਾਰਟੀਆਂ ਜੋ ਸਾਡੇ ਵਿਚਾਰਾਂ ਦੇ ਨਾਲ ਮਿਲਦੀਆਂ ਨੇ, ਜੋ ਸਾਡੇ ਨਾਲ ਮਿਲ ਕੇ ਚੱਲਦੀਆਂ ਨੇ, ਸਰਕਾਰ ਬਣਾਉਣ 'ਚ ਸਮਰਥਨ ਕਰਦੀਆਂ ਨੇ, ਕਿਸਾਨਾਂ ਦੀ ਸਪੋਰਟ ਕਰਦੀਆਂ ਨੇ, ਉਹਨਾਂ ਨਾਲ ਮਿਲ ਕੇ ਅਸੀਂ ਇਲੈਕਸ਼ਨ ਲੜ ਲਾਂਗੇ। ਜੀ ਮੰਜੂ ਜੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਇਹ ਸਨ ਸਾਡੇ ਨਾਲ ਮੰਜੂ ਕੁਰੇਸ਼ੀ ਜੀ, ਸ਼੍ਰੋਮਣੀ ਅਕਾਲੀ ਦਲ ਤੋਂ, ਜਿਨ੍ਹਾਂ ਨੇ ਬੜੀ ਬੇਵਾਕੀ ਦੇ ਨਾਲ ਪੰਜਾਬ ਦੇ ਵੱਖ ਵੱਖ ਮੁੱਦਿਆਂ 'ਤੇ ਆਪਣੀ ਰਾਏ ਰੱਖੀ ਹੈ। ਉਹਨਾਂ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ 'ਤੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਮੁਲਾਕਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ, ਰੱਬ ਰਾਖਾ।